ਲਾਲ ਹੈ ਪ੍ਰਸ਼ਾਦ ਤੇਰਾ ਲਾੜਦਾ ਹੈ ਨਹੀਂ ਤਾਂ ਕਿੱਥੇ ਹੈ ਛੱਤ ਤੇ ਪਿਆ ਜਿਹੜਾ ਪੜਦਾ ਹੋਣਾ ਮੈਨੂੰ ਪਤਾ ਇਕਦਮ ਮਿੱਠਾ ਘਾਟਾ ਹੁਣ ਤਾਂ ਜੀ ਪੂਰਾ ਹੀ ਹੋ ਗਿਆ ਇੰਨੀ ਮਿੱਠੀ ਚਾਹ ਪਿਆ ਕੇ ਮੈਨੂੰ ਸ਼ੂਗਰ ਕਰਨਾ ਪਾਲਾ ਕਿਵੇਂ ਗੁੱਡੀ ਜਾਂਦਾ ਲਸਣ ਕਮਾਲ ਆ ਉਹ ਛੋਰਾ ਹਾਂ ਲੱਛਣ ਦਾ ਉਹਦੇ ਮਾੜੇ ਹੀ ਆ ਆਪਣੇ ਭਰਾ ਦੇ ਨਾਲ ਗੱਲ ਕਰੋ ਹਾਂ ਹਾਂ ਉਹ ਬੰਦਾ ਜਵਾਨ ਵਾਲਾ ਜਿੱਥੇ ਜਵਾਨ ਦਿੱਤੀ ਉਹਨੇ ਪੂਰਾ ਉਤਰਦਾ ਠੀਕ ਹੈ ਮੈਂ ਚੱਲਦਾ ਮੈਂ ਕਿਹਾ ਵੀਰੇ ਨੂੰ ਮਿਲਿਆ ਵਾ ਯਾਰ ਮੇਰਾ ਕੀ ਕਰਦਾ ਚਾਹ ਬਣਾਈ ਮੇਰਾ ਮੇਰਾ ਉਹ ਮੈਂ ਤਾਂ ਨਿੱਕਾ ਜਿਹਾ ਕੰਮ ਆਇਆ ਸੀਗਾ ਹੁਕਮ ਕਰ ਹੁਕਮ ਕੀ ਆ ਤੇਰਾ ਭਤੀਜਾ ਤੈਨੂੰ ਪਾ ਜਵਾਨ ਹੋ ਗਏ ਉਹਦੇ ਰਿਸ਼ਤੇਦਾਰ ਕੋਈ ਨਾ ਕੋਈ ਕਾਰਨ ਅਤੇ ਨਾਲੇ ਮੇਰੀ ਇੱਕ ਖਰਚ ਹੁੰਦਾ ਪੜ੍ਹੇ ਲਿਖੇ ਦਾ ਤੈਨੂੰ ਪਤਾ ਸੀ ਥੋੜ੍ਹੇ ਪੜ੍ਹਿਆ ਉਹ ਕੋਈ ਗੱਲ ਨਹੀਂ ਇੱਕ ਛੱਡ ਕੇ ਰਿਸ਼ਤੇ ਆਪਾਂ 100 ਲੱਭ ਲਾਂਗੇ 100 ਕਿਆ ਵਾਦਾ ਬਾਈ ਯਾਰ ਉਹ ਸੱਚ ਆਉਣ 'ਤੇ ਯਾਦ ਹੁੰਦਾ ਨਾਲੇ ਪਿੰਡ ਦਾ ਇੱਕ ਕੁੜੀ ਆ ਉਹਦਾ ਵਿਚਾਰੀ ਦਾ ਮਾਂ ਪਿਓ ਹੈ ਜੀ ਠੀਕ ਹੈ ਵੀ ਨਾਨਕੀ ਰਹਿੰਦੀ ਆ ਠੀਕ ਹੈ ਜ਼ਮੀਨ ਵੀ 4 ਪਤਾ ਨਹੀਂ 6 ਕਿੱਲੇ ਆ ਜੇ ਆਖੇ ਦਾ ਗੱਲ ਤੋਰਲਾ ਬਾਈ ਯਾਰ ਹੈ ਕਿ ਇਹਨੂੰ ਖੋਪਰੀ ਗੱਲ ਚੱਲ ਮੈਂ ਕੱਲ੍ਹ ਨੂੰ ਜਾਣਾ ਬਾਈ ਕੀ ਹਾਲ ਚਾਲ ਆ ਠੀਕ ਆ ਬਾਈ ਜੀ ਮੈਂ ਇੱਕ ਕੰਮ ਆਇਆ ਸੀ ਦੱਸੋ ਜੀ ਆਪਣੀ ਗੁੱਡੀ ਦੇ ਰਿਸ਼ਤੇ ਬਾਰੇ ਆ ਦੱਸੋ ਜੀ ਭਤੀਜਾ ਮੇਰਾ ਹਾਂਜੀ ਜ਼ਮੀਨ 7 ਕਿੱਲੇ ਆ ਪੜ੍ਹਿਆ ਲਿਖਿਆ ਦਾ ਠੀਕ ਹੀ ਆ ਘਰ ਦਾ ਕੰਮ ਘਰ ਬਹੁਤ ਵਧੀਆ ਵਾ ਅੱਛਾ ਜੀ ਮੇਰਾ ਭਤੀਜਾ ਹੀ ਆ ਚਲੋ ਠੀਕ ਹੈ ਉਹ ਵੈਸੇ ਤਾਂ ਤੁਸੀਂ ਰਿਸ਼ਤੇ ਬਹੁਤ ਕਰਵਾਏ ਆ ਪਹਿਲਾਂ ਵੀ ਪਰ ਤੁਹਾਡੇ ਤਾਂ ਅੱਜ ਤੱਕ ਕੋਈ ਲਾਂਭਾ ਤਾਂ ਨਹੀਂ ਆਇਆ ਗਾ ਬਾਕੀ ਤੁਹਾਡੇ ਸਥਿਤੀ ਹੋਈ ਹੈ ਗੱਲ ਜਿਵੇਂ ਮਰਜ਼ੀ ਜਦੋਂ ਆਖੋ ਤੇ ਹੋਈ ਹੋਈ ਆਪਾਂ ਸਾਨੂੰ ਮੁੰਡਾ ਵੇਖਣ ਦੀ ਲੋੜ ਨਹੀਂ ਸਾਨੂੰ ਤੁਹਾਡੇ 'ਤੇ ਵਿਸ਼ਵਾਸ ਆ ਬਾਈ ਉਹ ਬਾਈ ਨੇ ਵੀ ਆਖਿਆ ਕੁੜੀ ਨੇ ਵੇਖਣੀ ਆਉਂਦੀ ਚਲੋ ਠੀਕ ਆ ਜੀ ਬਾਪੂ ਬਾਪੂ ਤੂੰ ਉਸ ਕੁੜੀ ਦੇ ਨਾਲ ਮੇਰਾ ਰਿਸ਼ਤਾ ਕਰਵਾ ਦੇ ਨਾਲੇ ਉਹ ਕੁੜੀ ਨੂੰ 4 ਕਿੱਲੇ ਜ਼ਮੀਨ ਆਉਂਦੀ ਆ ਤੇ ਨਾਲੇ ਆਪਣਾ ਛਿੰਦਾ ਤਾਂ ਅਨਪੜ੍ਹ ਆ ਤੂੰ ਜ਼ਮੀਨ ਨੂੰ ਕਹਿਣਾ ਕਿ ਉਹਦੀ ਅਨਪੜ੍ਹਤਾ ਨੂੰ ਕਹਿਣਾ ਤੇਰਾ ਬਾਪੂ ਹੁਣ ਜਵਾਨ ਦੇ ਕੇ ਆਇਆ ਰਿਸ਼ਤਾ ਤਾਂ ਛਿੰਦੇ ਦਾ ਹੀ ਪੱਕਾ ਰਹੂਗਾ ਉੱਥੇ ਮੈਂ ਇਹ ਵਿਆਹ ਨਹੀਂ ਹੁਣ ਦੇਣਾ ਉਹਦੇ ਨਾਲ ਕੀ ਹਾਲ ਆ ਸੁੱਖਿਆ ਉਹ ਹਾਲ ਕੀ ਹੋਣੇ ਸੀਗੇ ਬਾਪੂ ਦੀ ਜਮਾ ਮੱਤ ਮਾਰੀ ਪਈ ਆ ਕੁੜੀ ਨੂੰ 4 ਕਿੱਲੇ ਜ਼ਮੀਨ ਵੀ ਆਉਂਦੀ ਆ ਤੇ ਬਾਪੂ ਨੇ ਚੱਕ ਕੇ ਰਿਸ਼ਤਾ ਉਹਦਾ ਆਪਣੇ ਛਿੰਦੇ ਦੇ ਨਾਲ ਕਰਿਆਂਦਾ ਓਏ ਹੋਏ ਛਿੰਦੇ ਨਾਲ ਹਾਂ ਮੇਰੀ ਗੱਲ ਸੁਣ ਲੈ ਕੋਈ ਗੱਲ ਨੀ ਤੂੰ ਟੈਨਸ਼ਨ ਨਾ ਲੈ ਹਾਂ ਉੱਥੇ ਵਿਆਹ ਤੇਰਾ ਹੀ ਹੋਊਗਾ ਮੇਰਾ ਹੋਊਗਾ ਹਾਂ ਮੇਰੇ ਹੁੰਦਾ ਟੈਨਸ਼ਨ ਨਾਲ ਮੈਂ ਲਾਉਣਾ ਜਾ ਕੇ ਕੁਛ ਕੀ ਠੀਕ ਆ ਵਧਾਈਆਂ ਬਾਈ ਵਧਾਈਆਂ ਤੈਨੂੰ ਵਧਾਈਆਂ ਹੁਣ ਮੇਰਾ ਰਿਸ਼ਤਾ ਪੱਕਾ ਹੋ ਗਿਆ ਕਾਹਦੀਆਂ ਵਧਾਈਆਂ
ਬਾਂਦਰ ਦੇ ਹੱਥ ਅੰਗੂਰ ਆ ਗਿਆ। ਇਹ ਕੀ ਬੋਲੀ ਜਾਂਦਾ, ਲੱਗਦਾ ਪਾਗਲ ਗਿਆ। ਮੇਰਾ ਰਿਸ਼ਤਾ ਪੱਕਾ ਹੋ ਗਿਆ। ਤੈਨੂੰ ਕੋਈ ਸੂਈ ਕੁੱਤੀ ਦਾ ਕਸੂਰਾ ਨਾ ਦੇਵੇ, ਤੈਨੂੰ ਸਗੀ ਕੁੜੀ ਕਿਹਨੇ ਦੇ ਦੀ ਯਾਰ। ਯਾਰ ਤੂੰ ਕੀ ਲੈਣਾ ਯਾਰ, ਤੂੰ ਖਾਣ ਪੀਣ ਵੱਲ ਧਿਆਨ ਕਰ, ਰਾਤ ਨੂੰ ਮੀਟ ਮੂਟ ਬਣਾਵਾਂਗੇ ਨਾਲੇ। ਵਟਾਂਗੇ ਮੁਰਗੇ ਬੱਕਰਾ ਬੱਕਰਾ ਹਾਂ ਬੱਕਰਾ ਬਈ ਤੈਨੂੰ ਪਹਿਲਾਂ ਬੇਇੱਜ਼ਤੀ ਕਰੀ ਜਾਂਦੇ। ਪਾਰਟੀ ਚੱਲੇ ਜੀ ਪਿਆਰ ਨਾਲ ਬੱਲੇ 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 ਓਏ ਕਿੱਧਰ ਆਂਦਾ ਓਏ, ਬ੍ਰੇਕਾਂ ਦੇ ਪੈਰ ਰੱਖ ਲੈ, ਉੱਤੇ ਹੀ ਚੜਦਾ ਹੁਣ ਭਾਈ ਇੱਥੇ ਆਂਵਲੀਆ। ਠੀਕ ਹੈ, ਮੈਂ ਗੱਲ ਸੁਣੋ, ਇਹ ਕਾਹਦੀ ਪਾਰਟੀ ਦੀਆਂ ਗੱਲਾਂ ਕਰੀਆਂ ਨੇ ਇਕੱਲੇ ਇਕੱਲੇ? ਸਾਡੇ ਬਾਈ ਦਾ ਰਿਸ਼ਤਾ ਪੱਕਾ ਹੋ ਗਿਆ ਜਿੰਦੇ ਦਾ। ਅੱਛਾ ਅੱਛਾ ਅੱਛਾ, ਨਾ ਗੱਲ ਸੁਣ, ਮੈਂ ਨਾ ਤੇ ਜਿਹੜਾ ਤੇਰਾ ਭਾਈ ਉਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ, ਇਹ ਤਾਂ ਤੇਰੇ ਨਾਲ ਠੱਗੀ ਮਾਰਨ ਨੂੰ ਫਿਰਦਾ। ਹੁਣ ਤੈਨੂੰ ਪਤਾ ਮੇਰੇ ਕੋਲ ਸਾਰੀ ਗੱਲ ਕਲੀਅਰ ਕਰ ਲੈਂਦਾ ਉਹ। ਮਤਬਲ ਤੇਰਾ? ਮਤਬਲ ਇਹ ਆ ਵੀ ਤੈਨੂੰ ਪਤਾ ਵੀ ਜਿਹੜਾ ਤੇਰਾ ਤਾਇਆ ਉਹ ਤੇਥੋਂ ਬਦਲਾ ਲੈਣ ਨੂੰ ਫਿਰਦਾ। ਬਦਲਾ ਕਾਹਦਾ, ਕੁੜੀ ਤਾਂ ਰੰਗ ਦੀ ਜਮਾਂ ਕਾਲੀ ਹੈ। ਉਹ ਅਮਲੀਆ ਰੱਬ ਦੇ ਰੰਗ ਤਾਂ ਦੋ ਹੀ ਆ, ਚਿੱਟਾ ਤੇ ਕਾਲਾ। ਹੁਣ ਮੇਰੇ ਵੱਲ ਵੇਖ ਲਾ, ਜੇ ਰਾਤ ਨੂੰ ਲੈਟ ਜਾ ਵੜਦੀ ਹੈ ਨਾ, ਤੇਰੀ ਭਾਬੀ ਦੀਵਾ ਲਾ ਕੇ ਭਾਲਣੀ ਪੈਂਦੀ ਆ। ਫਿਰ ਕੀ ਹੋਇਆ ਜੇ ਕਾਲੀ ਆ ਤਾਂ? ਉਹ ਲੱਗਦਾ ਦੀਵੇ ਦੇ ਕਾਲੀ ਦੇ ਨਾਲ ਨਾਲ, ਮੈਂ ਤਾਂ ਇਹ ਵੀ ਸੁਣਿਆ ਕਹਿੰਦੇ ਕੁੜੀ ਲੰਗੜੀ ਵੀ ਆ। ਓਏ ਅਮਲੀਆ ਐਵੇਂ ਛੰਡੀ ਆ ਨਾ ਤੂੰ, ਅਸੀਂ ਕਿਹੜਾ ਰੇਸ ਚ ਭਜਾਉਣੀ ਆ, ਲੰਗੜੀ ਆ ਲਾਈ ਆ, ਐਵੇਂ ਨਸ਼ੇ ਦੀ ਬਾਅਦ ਘਾਟ ਚ ਸਾਡੇ ਬਾਈ ਦਾ ਤੂੰ ਰਿਸ਼ਤਾ ਤੜਾਈ ਜਾਂਦਾ। ਅਮਲੀਆ ਕੰਮ ਕਰ ਤੂੰ ਆਪਦਾ ਯਾਰ, ਕੰਮ ਕਰ। ਉਹ ਖੜ ਜਾਓ, ਲੱਗ ਦਿਓ ਪੱਕੀ ਗੱਲ ਦਿਓ, ਮੈਨੂੰ ਤਾਂ ਇਹ ਵੀ ਪਤਾ ਲੱਗਾ ਕਹਿੰਦੇ ਵੀ ਕੁੜੀ ਗਲਤ ਆ। ਓਏ ਜਾ ਏ ਅਮਲੀਆ, ਤੂੰ ਤਾਂ ਓਏ ਨਸ਼ੇ ਦੀ ਬਾਅਦ ਘਾਟ ਚ ਬੋਲੀ ਜਾਂਦਾ ਰਹਿਣਾ। ਓਨੇ ਗੋਲੀ ਗੱਪਾ ਵੱਧ ਖਾ ਲਿਆ, ਤੂੰ ਨਾ ਜਵਾਕ ਨੂੰ ਡਰਾਈ ਚੱਲ। ਚੰਗਾ ਭਾਈ, ਜੇ ਮੇਰੀ ਗੱਲ ਕੋਈ ਨਹੀਂ ਸੁਣਦਾ ਆਪਾਂ ਆਪਦੇ ਚੱਲਦੇ ਆਂ ਫਿਰ ਭਾਈ। ਤੂੰ ਜਾ ਜਾ ਯਾਰ ਅਮਲੀਆ, ਤੂੰ ਸ਼ਾਮ ਦੀ ਪਾਰਟੀ ਦੀ ਤਿਆਰੀ ਕਰ। ਤੁਹਾਨੂੰ ਪਾਰਟੀ ਦੇ ਪਈ ਦਿਆ, ਮੇਰੇ ਇਧਰ ਇਹ ਪਿੰਡ ਵਸਿਆਣੀ ਲਟੇਰੇ ਪਹਿਲਾਂ ਪੈ ਗਏ, ਉਹ ਗੱਲ ਹੋ ਗਈ ਯਾਰ। ਤੂੰ ਕਰ ਗਿਆ, ਤੂੰ ਕੋਈ ਨਹੀਂ ਹਰਮਣਾ ਯਾਰ, ਤੂੰ ਹੋਂ ਹਲਾ ਰੱਖ। ਉਹ ਭਾਈ ਮੈਂ ਨਹੀਂ ਵਿਆਹ ਵਿਊ ਕਰਾਉਂਦਾਗਾ ਯਾਰ, ਜਦੋਂ ਮੈਂ ਕੁੜੀ ਵੇਖੀ ਨੀਗੀ ਅਗਲੇ ਦੀ ਗੱਲ ਮਾੜੀ ਜੀ ਵੀ ਸੱਚ ਨਿਕਲੀ, ਮੇਰਾ ਤਾਂ ਕੁੰਡਾ ਹੋ ਜੂ, ਮੈਂ ਨਹੀਂ ਕਰਾਉਂਦਾ ਵਿਆਹ ਉੱਥੇ ਯਾਰ। ਚੱਲ ਆਪਾਂ ਕੋਈ ਨਹੀਂ ਹੌਸਲਾ ਰੱਖ, ਤੂੰ ਸੰਧਿਆ ਆਪਾਂ ਕੁੜੀ ਵੇਖ ਕੇ ਆਵਾਂਗੇ। ਅਗਲੇ ਪੱਟ ਦੇ ਗੋਲੀ ਮਾਰਨਗੇ, ਫੈਰ ਕਰ ਦੇਣਗੇ। ਮੈਂ ਬੈਠਾ ਨਾ, ਕੁੜੀ ਕਿਹੜੇ ਪਿੰਡ ਦੀ ਆ? ਨਾਲ ਦੇ ਪਿੰਡ ਦੀ ਆ। ਪਾਰਟੀ ਪੱਕੀ ਜੇ ਆਪਾਂ ਕੁੜੀ ਵੇਖ ਲਈ, ਚਲੋ ਕੁੜੀ ਵੇਖ ਕੇ ਪਾਰਟੀ ਕਰਾਂਗੇ। ਚਲੋ ਚਲੋ, ਰਾਤ ਫੜੇ ਜਾਂਦੇ ਨਾ, ਅਗਲੇ ਨੇ ਆਪਣੀ ਲੱਤਾਂ ਵੜ ਦੇਣੀਆਂ ਸੀ ਓਏ। ਮੇਰੇ ਤਾਂ ਸਾਰੇ ਦਾਰੂ ਵੀ ਚੜੀ ਚੜਾਈ ਸਾਰੀ ਲਾਤੀ ਓਏ, ਮੈਨੂੰ ਨਾ ਮੇਰੀ ਦਾਲ ਗਲਦੀ ਲੱਗਦੀ ਨਹੀਂ ਅਸਲ ਵਿੱਚ ਬਾਈ। ਓਏ ਦਾਲ ਆਪਾਂ ਧਰਨੀ ਕਿਉਂ ਆ? ਆਪਾਂ ਤਾਂ ਬੱਕਰਾ ਵੱਢਣਾ, ਤਾਂ ਨਾ ਬੱਕਰੇ ਦੀ ਗੱਲ ਹੋਈ ਆ, ਕਿਉਂ ਬਾਈ? ਤੂੰ ਕਿਹੜੀਆਂ ਸੋਚਾਂ 'ਚ ਪਿਆ ਪਿਆ? ਸ਼ਿੰਦਿਆ, ਜੇ ਰਾਤ ਆਪਾਂ ਫੜੇ ਜਾਂਦੇ, ਮੇਰਾ ਤਾਂ ਸਪੇਅਰ ਪਾਰਟ ਵੀ ਨਹੀਂ ਮਿਲਣਾ ਸੀ। ਸਹੀ ਗੱਲ ਆ ਬਾਈ। ਓਏ ਮੇਰੇ ਕੋਲ ਇੱਕ ਸਕੀਮ ਹੋਰ ਹੈਗੀ ਆ। ਕੀ ਆ? ਮੈਂ ਨਾ VCR ਤੇ ਤੇਰੀ ਭਾਬੀ ਨਾਲ ਇੱਕ ਵਾਰੀ ਫਿਲਮ ਵੇਖੀ ਸੀ। ਉਹਦੇ 'ਚ ਕੀ ਹੁੰਦਾ ਤੂੰ ਨਹੀਂ ਚੱਲਾਂ? ਉਹਦੇ 'ਚ ਐਂ ਹੁੰਦਾ ਬਈ, ਮੁੰਡਾ ਕੁੜੀ ਇੱਕ ਦੂਜੇ ਨੂੰ ਪਿਆਰ ਕਰਦੇ ਹੁੰਦੇ ਆ, ਤੇ ਮੁੰਡਾ ਜਾ ਕੇ ਆਪਦੇ ਡੈਡੀ ਨੂੰ ਦੱਸ ਦਿੰਦਾ ਵੀ ਮੈਂ ਕੁੜੀ ਨਾਲ ਪਿਆਰ ਕਰਦਾ, ਤੇ ਬਾਪੂ ਉਹਦਾ ਵਿਆਹ ਕਰ ਦਿੰਦਾ, ਤੇ ਤੂੰ ਵੀ ਉਵੇਂ ਹੀ ਕਰ। ਕਿੰਨਿਆ ਮੌਕਾ ਤੇਰੇ ਕੋਲੇ ਬਾਪੂ ਖੇਤ ਹੀ ਫਿਰਦਾ। 100 ਰੁਪਏ ਦੀ ਸਕੀਮ ਤੈਨੂੰ ਮੈਂ ਫ੍ਰੀ 'ਚ ਦਿੱਤੀ ਆ। ਮਤਲਬ ਕਿ ਮੈਂ ਹੁਣ ਬਾਪੂ ਨੂੰ ਕਹਿਣਾ ਜਾ ਕੇ, ਮਤਲਬ ਘਰੇ ਜਾ ਕੇ ਆਪਾਂ ਕਹਿ ਦੇਣਾ ਵੀ ਮੈਂ ਕਿਸੇ ਔਰਤੇ ਪਿਆਰ ਕਰਤਾ ਹੂੰ, ਮੇਰੇ ਸ਼ਾਦੀ ਕਰਨੀ ਹੈ, ਹਾਂ ਵੀ ਰਿਸ਼ਤਾ ਜਾਊ ਮੇਰਾ ਟੁੱਟ, ਗੱਲ ਤਾਂ ਇੰਨੀ ਆਣਾ। ਸੰਧਿਆ ਸ਼ੇਰ ਬਣ ਸ਼ੇਰ। ਲੈ ਬਾਪੂ ਹੋ ਜਾ ਤਿਆਰ, ਮੈਂ ਤਾਂ ਕਿਸੇ ਔਰਤੇ ਪਿਆਰ ਕਰਤਾ ਹੂੰ। ਹੁਣ ਤੂੰ ਟਾਈਮ ਨਾ ਲਾ, ਹੁਣ ਉੱਡ ਜਾ ਇੱਥੋਂ।
ਬਾਪੂ ਕੋਲੇ ਵੱਜ ਸਿੱਧਾ ਬਸ ਆ ਜਾ ਤੇ ਨਾਲ ਉਹ ਹੌਸਲਾ ਚਾਹੀਦਾ ਹੌਸਲਾ ਨਹੀਂ ਨਾਲ ਨਹੀਂ ਹੌਸਲਾ ਸਾਡਾ ਇੱਥੇ ਬੈਠੇ ਤੇਰੇ ਨਾਲ ਆ ਬਸ ਤੂੰ ਜਾ ਲੈ ਵੀ ਬਾਪੂ ਹਰਮਣਾ ਮੌਕਾ ਕਿਸੇ ਔਰ ਤੇ ਪਿਆਰ ਕਰਤਾ ਹੂੰ ਚਾਲ ਚਾਲ ਕਰਾਂ ਦੀ ਬਾਪੂ ਫਿਰਦਾ ਮੇਰੀ ਸੁਣ ਲੈ ਗੱਲ ਹਾਂ ਮੇਰੇ ਨਾਲ ਆ ਜਾ ਤੇਰਾ ਦਲੇਰੀ ਵੱਟ ਕੇ ਓਏ ਸਾਥੋਂ ਕੋਈ ਨਹੀਂ ਮੋਰ ਕਟਾਏ ਜਾਂਦੇ ਉਹ ਮੇਰੀ ਗੱਲ ਨਾਲ ਉਹਦੇ ਨਾਲ ਫਿਰ ਐ ਕਰੋ ਬਈ ਮੇਰੀ ਗੱਲ ਸੁਣ ਲਾ ਮੇਰਾ ਢੂਈ ਦਾ ਦੋਦਾ ਮਨਕਾ ਬਾਪੂ ਹਾਂ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਕਰ ਬਹੁਤ ਵੱਡੀ ਗੱਲ ਕਰਨੀ ਆ ਬਹੁਤ ਵੱਡੀ ਵੱਡੀ ਓਏ ਕਰਦਾ ਫਿਰ ਮੈਂ ਦੱਸਦਾ ਉਹ ਪਹਿਲਾਂ ਮੇਰੀ ਸੁਣ ਲਾ ਆਪਣੇ ਪਿੰਡ ਠੀਕ ਠਾਕ ਆ ਆ ਨਾਲ ਦੇ ਪਿੰਡ ਦੀ ਕੁੜੀ ਨਿਕਲ ਗਈ ਗੁਆਂਢੀਆਂ ਦੇ ਮੁੰਡੇ ਨਾਲ ਸੌ ਰੱਬ ਦੀ ਜੇ ਮੇਰੀ ਲਾਸ਼ ਹੁੰਦੀ ਟੋਟੇ ਕਰ ਦਿੰਦਾ ਅਤੇ ਇੰਨੇ ਦਬਦਰ ਨਹਿਰ 'ਚ ਹਾਂ ਹੁਣ ਤੂੰ ਦੱਸ ਨਹੀਂ ਕੁਛ ਨਹੀਂ ਮੈਂ ਤਾਂ ਕੀ ਗੱਲ ਕਰਨੀ ਆ ਦੱਸਦਾ ਜਾ ਉਹ ਨਹੀਂ ਯਾਰ ਮੈਂ ਕੀ ਕਰਨੀ ਆ ਹੋ ਜਾ ਦੱਸਦਾ ਜਾ ਤੈਨੂੰ ਮੈਂ ਕਹੀਏ ਮੈਂ ਗੱਲ ਨਹੀਂ ਬਾਪੂ ਵਾਲੇ ਕਈ ਦਿਨ ਮੇਰੇ ਲੱਤਾਂ ਉੜਾ ਦੀਆਂ ਮੇਰੀ ਧੌਣ ਲਾ ਦੇਣੀ ਸੀ ਕੋਈ ਨੀ ਤੂੰ ਹੌਸਲਾ ਰੱਖ ਛੰਦਿਆ ਘਬਰਾਈ ਦਾ ਨੀ ਹੁੰਦਾ ਕੱਬਾ ਇਹਨਾਂ ਨੇ ਮੰਨਿਆ ਨੀ ਜਿਹੜੀ ਤੈਨੂੰ ਸਕੀਮ ਦਿੱਤੀ ਆ ਮੈਂ ਉਹ ਕਿਹੜੀਆਂ ਸਕੀਮਾਂ ਭਰਾ ਤੇਰੀ ਸਕੀਮ ਨੇ ਮੇਰੀ ਧੌਣ ਲਵਾਤੀ ਸੀਗੀ ਓਏ ਛੰਦਿਆ ਘਬਰਾਣਾ ਕਹਿੰਦੇ ਨੀ ਪਊ ਇਹਨੂੰ ਛੰਦਿਆ ਘਬਰਾਣਾ ਰਸਤਾ ਹੋਰ ਹੈਗਾ ਕੋਈ ਰਸਤਾ ਤਾਂ ਇੱਕ ਹੈਗਾ ਕੀ ਬੇਬੇ ਹਾਂ ਬੇਬੇ ਬਾਪੂ ਦਾ ਨੀ ਮੰਨਿਆ ਬੇਬੇ ਮੰਨ ਜੂਗੀ ਓਏ ਕਿਉਂਕਿ ਜਦੋਂ ਮੈਂ ਦੋ ਵਾਰੀ ਉੱਥੇ ਇਹ ਗੱਲ ਕੀਤੀ ਨਾ ਮੈਂ ਤਾਂ ਮਰਦਾ ਮਾਂ ਸਪਰੇ ਪੀਣਾ ਮੈਂ ਤਾਂ ਪਾਇਆ ਲੈ ਕੇ ਮਰੂ ਅੱਜ ਮੇਰਾ ਬੇਬੇ ਤੁਸੀਂ ਮੇਰਾ ਬਿਨਾਂ ਪੁੱਛੇ ਰਿਸ਼ਤਾ ਪੱਕਾ ਕਰਤਾ ਮੈਂ ਤਾਂ ਕਿਸੇ ਹੋਰ ਕੁੜੀ ਨੂੰ ਪਿਆਰ ਕਰਦਾ ਰੂਹਾਂ ਵਾਲਾ ਰੂਹਾਂ ਵਾਲਾ ਪੁੱਤ ਤੂੰ ਦੱਸ ਸਾਨੂੰ ਕਿਹੜੀ ਕੁੜੀ ਆ ਬੇਬੇ ਹੈਗੀ ਆ ਬਸ ਦੱਸ ਪੁੱਤ ਦੱਸ ਛੇਤੀ ਦੱਸ ਤੂੰ ਉਹਨੇ ਤਾਂ ਘਰ ਦਿਆਂ ਨਾਲ ਮਿਲਾ ਦੇ ਜਿਹੜੀ ਕੁੜੀ ਨੂੰ ਤੂੰ ਪਿਆਰ ਕਰਦਾ ਹਾਂ ਬੇਬੇ ਹੁਣ ਤੂੰ ਮੇਰੇ ਅੱਖੇ ਲੱਗੀ ਜਾਂਦੀ ਵੱਜਦੀ ਰਹਿ ਬੇਬੇ ਤੇਰੇ ਅੱਗੇ ਪਾਲਾ ਪਾਲਾ ਤੂੰ ਪੱਠੇ ਪਾਲਾ ਦੱਸ ਪੱਠੇ ਪਾਲਾ ਤੂੰ ਪੱਠੇ ਪਰੇ ਕਰ ਲੈ ਇਹਨੂੰ ਮੈਂ ਖੁਸ਼ੀ ਦੀ ਗੱਲ ਦੱਸਣੀ ਆ ਚੱਕ ਲੈ ਸੜੇ ਵੇ ਪੈਰ ਓਏ ਓਏ ਤੋਲਿਆ ਕਰ ਰਹੇ ਮੁਸ਼ਕੇ ਵੇ ਗੱਪ ਕਰ ਜਾ ਗੱਲ ਕਰ ਗੇਅਰ ਕੱਢ ਸਾਲੇ ਦਾ ਗੇਅਰ ਕੱਢ ਇਹਦਾ ਜਿੰਨਾ ਚਿਰ ਜਰਦਾ ਨਹੀਂ ਨਾ ਲਾਉਂਦਾ ਉਹਨਾਂ ਚਿਰ ਗੇਅਰ ਨਹੀਂ ਹੁੰਦਾ ਨਿਕਲਦਾ ਲਾ ਯਾਰ ਜਿਹੜਾ ਕੰਮ ਹੋਇਆ ਸੀ ਨਾ ਮੈਂ ਤੂੰ ਸਕੀਮ ਦਿੱਤੀ ਸੀ ਮੈਨੂੰ ਵੀ ਕਿਸੇ ਵੀ ਹੋਰ ਕੁੜੀ ਸੇ ਪਿਆਰ ਕਰਤਾ ਹੂੰ ਬਾਪੂ ਤਾਂ ਨੀ ਮੰਨਿਆ ਤੇ ਬੇ ਮੰਨ ਗਈ ਮੰਨ ਗਈ ਮੰਨ ਗਈ ਹੁਣ ਮੇਰੇ ਸਾਲੋ ਪਹਿਲਾਂ ਜਰਦਾ ਹੀ ਲਾ ਲੋ ਤੁਸੀਂ ਗੱਲ ਮੇਰੀ ਬਣਿਆ ਨੀ ਬੇਬੇ ਮੰਨ ਗਈ ਹੁਣ ਕੁੜੀ ਕਿੱਥੇ ਲੈ ਕੇ ਗਏ ਕੁੜੀ ਆਪਾਂ ਹੁਣੇ ਲੱਭ ਲੈਣੇ ਛਿਆ ਕੁੜੀ ਦਾ ਕੀ
ਆਏ ਲੱਭ ਲੈਣੀ ਕੁੜੀ ਮਨੇ ਬਣੇੜੇ ਮਾਰ ਬਸ ਛੱਡੇ ਕੋਲੇ ਗੱਲ ਸੁਣ ਅਗਲੇ ਦੀ ਆਏ 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 ਕੁੱਟਣਗੇ ਦੇਖ ਮਾੜੀ ਮੋਟੀ ਕੁੱਟ ਤਾਂ ਚੱਲਣੀ ਪਊਗੀ ਹਾਂ ਜੇ ਕੁੜੀ ਲੱਭਣੀ ਆ ਸਕੂਟਰ ਚ ਪਵਾ 100 ਦਾ ਤੇਲ ਆਪਾਂ ਚੱਲਦੇ ਨਾਲ ਦੇ ਪਿੰਡ ਬੱਸ ਅੱਡੇ ਤੇ ਉੱਥੇ ਕੁੜੀਆਂ ਤੈਨੂੰ ਪਤਾ ਖੜੀਆਂ ਆਪਾਂ ਦਾ ਕੁੜੀ ਇੱਕ ਗੇੜੇ ਦੇ ਪੱਟ ਰਹੇ ਨੇ ਇੱਕ ਚ ਨਿੱਕੇ ਇੱਕ ਚੱਕ ਕੇ ਲੈਣੀ ਐ ਉਹ ਮੌਕਾ ਦੱਸੂਗਾ ਪਟਣੀ ਐ ਚੱਕਣੀ ਐ ਤੂੰ ਸਾਡੇ ਨਾਲ ਚੱਲ ਚੱਲੀਏ ਅਮਲੀਆ ਪਟਣੀ ਐ ਚੱਕਣੀ ਐ ਰੱਖਣੀ ਐ ਇਹਦਾ ਮੋਲਾ ਤਾਂ ਕੁੜੀ ਮਿਲ ਜੂ ਘੱਟੋ ਘੱਟ ਜਿਹੜੀ ਉਹ ਪੁਰਾਣੀ ਜੀ ਕੁੜੀ ਐ ਉਹ ਤੋਂ ਤਾਂ ਖੜਾ ਛੁੱਟੂ ਨਾ ਉਹਦਾ ਛੁੱਟੀ ਜਾਊਗਾ ਬਸ 100 ਰੁਪਿਆ ਘਰੇ ਮੰਗ ਲੈ ਜਾ ਕੇ 100 ਰੁਪਿਆ ਹਾਂ ਸੌਣ ਨਾਲ ਆਪਣਾ ਦੋ ਸਾਜੂ ਸੌਣ ਨਾਲ ਆਪਣਾ ਸੌਣ ਨਾਲ 4 ਲੀਟਰ ਦੇ ਲਾ ਜਾਊਗਾ ਬਹੁਤ ਆ ਚੱਕ ਲੈ ਆਇਓ ਚੱਲ ਅਮਲੀ ਅੱਠ ਪਾ ਦੀਨਾ ਚੱਕੀ ਵਾਲੇ ਕਰਦਾ ਅਮਲ ਤੜਕੇ ਦਾ ਅਮਲੀਆਂ ਦਾ ਲਾਵਾ ਹੁਣ ਚੱਲ ਯਾਰ ਉੱਥੇ ਲਾਵਾਂਗੇ ਬਣਿਆ ਨਹੀਂ ਹਜੇ ਬਣਿਆ ਨਹੀਂ ਹਜੇ ਕੀ ਹੋਇਆ ਗੋਡਾ ਗਿੱਟਾ ਤਾਂ ਨਹੀਂ ਟੁੱਟ ਗਿਆ ਅਲਾਏ ਚੁੰਨੀ ਵੀ 7 ਮੀਟਰ ਦੀ ਲਈ ਫਿਰਦੀ ਆ ਭੈਣੇ ਵਧਾਈਆਂ ਹੁਣ ਤੇਰਾ ਰਿਸ਼ਤਾ ਪੱਕਾ ਹੋ ਗਿਆ ਕਾਹਦੀਆਂ ਵਧਾਈਆਂ ਭੈਣੇ ਮੈਂ ਤਾਂ ਹਾਲੇ ਤੱਕ ਦੇਖਿਆ ਵੀ ਨਹੀਂ ਦੇਖਦਾ ਕਿਹੋ ਜਿਹਾ ਭੈਣੇ ਜਿਹੋ ਜਿਹਾ ਮਰਜ਼ੀ ਹੋਵੇ ਬਸ ਉਹ ਅਮਲੀ ਵਰਗਾ ਨਾ ਹੋਵੇ ਜਿਹੜਾ ਹੁਣੇ ਡਿੱਗੇ ਸੀਗੇ ਭੈਣੇ ਉਹ ਅਮਲੀ ਦੇਖਿਆ ਸੀ ਜਿਹੜਾ ਮੂਹਰੇ ਬੈਠਾ ਸੀ ਕਿੰਨਾ ਬੋਲਦਾ ਸੀਗਾ ਜਿਹੜੇ ਜ਼ਿਆਦਾ ਬੋਲਦੇ ਹੁੰਦੇ ਆ ਨਾ ਉਹ ਦਿਲ ਦੇ ਸਾਫ਼ ਹੁੰਦੇ ਆ ਕਿਤੇ ਤੈਨੂੰ ਉਹਦੇ ਨਾਲ ਪਿਆਰ ਤਾਂ ਨਹੀਂ ਹੋ ਗਿਆ ਨਹੀਂ ਚੱਲ ਚੱਲੀਏ ਮੇਰੇ ਭਰਾ ਦੀ ਜਵਾਨ ਆ ਮੈਂ ਉੱਥੇ ਵਿਆਹਣਾ ਜਿੱਥੇ ਮੇਰੇ ਭਰਾ ਨੇ ਕਰਾਇਆ ਸਰਦਾਰ ਜੀ ਐਵੇਂ ਸਭ ਪਤਾ ਲੱਗ ਗਿਆ ਕੀ ਪਤਾ ਲੱਗ ਗਿਆ ਉਹ ਛੋਟੇ ਸਰਕਾਰ ਹੈ ਨਾ ਉਹ ਕਾਕਾ ਫੀਟ ਹੈ ਸੀਸਾ ਬਚ ਗਿਆ ਨਾਲੇ ਜਿਹੜਾ ਆਪਾਂ ਬਾਪੂ ਨੂੰ ਕਹੀ ਬੈਠੇ ਸੀ ਮੈਨੂੰ ਘਰੇ ਆਉਂਦੇ ਆਉਣਗੀਆ ਜਲ ਉੱਤਰ ਯਾਰ ਮੈਨੂੰ ਗਿੱਟੇ ਤਲਾਦੇ ਸੀਗੇ ਮੈਂ ਗੱਲ ਤੇਰੇ ਨਾਲ ਦੀ ਗੱਲ ਸਿਆਣੀ ਆ ਅੱਜ ਤਾਂ ਨੀ ਬਣੀ ਕੱਲ ਵਾਲੇ ਗੱਡੇ ਚ ਮੇਰੀ ਗੱਲ ਬਣ ਸਕੂਟਰ ਵੀ ਬਾਪੂ ਵਰਗਾ ਮੇਰਾ ਸਾਡਾ ਅਰਬੀ ਆ ਕਦੇ ਤਾਂ ਪਹਿਲੇ ਬੋਲ ਸਟਾਰਟ ਹੋਇਆ ਕਰ ਨਹੀਂ ਚੱਲ ਨੇੜੀ ਰੋਟੀ ਲੈ
ਮੈਨੂੰ ਸਾਰਾ ਪਤਾ ਲੱਗ ਗਿਆ ਜੇ ਤੂੰ ਨੱਚਣ ਕਰਦਾ ਫਿਰਦਾ। ਨਾਲੇ ਮੇਰੀ ਗੱਲ ਸੁਣ ਲਾ, ਜਿਹੜੀ ਕੁੜੀ ਨੂੰ ਤੂੰ ਪਿਆਰ ਪੂਰ ਕਰਦਾ ਨਾ ਉਹ ਦਿਲ 'ਚੋਂ ਕੱਢ ਦੇ, ਜਿਹੜੀ ਮੇਰੇ ਭਰਾ ਨਾਲ ਜਵਾਨ ਹੋਈ ਆ ਮੈਂ ਉੱਥੇ ਹੀ ਤੇਰਾ ਵਿਆਹ ਕਰਨਾ, ਪਤਾ ਲੱਗ ਗਿਆ ਤੈਨੂੰ? ਉਹ ਬਾਪੂ ਉਹ ਕੁੜੀ ਸਹੀ ਨਹੀਂ ਕਿ ਮੈਂ ਜਿੱਥੇ ਮੈਂ ਜਿਹੜੀ ਵੇਖ ਕੇ ਆਪਦੇ ਵਾਸਤੇ ਮੈਂ ਉਹਦੇ ਨਾਲ ਹੀ ਕਰੂੰਗਾ। ਫਿਰ ਮੇਰੇ ਵੀ ਮਰੇ ਦਾ ਮੂੰਹ ਵੇਖੇਗਾ ਪੁੱਤਰਾ। ਹਾਏ ਓਏ, ਜਿਹੜੀ ਕੋਲੇ ਖੜ ਕੇ ਮਾਰੀ ਨਾ ਹਜੇ ਉਹਦਾ ਨਹੀਂ ਪਤਾ ਲੱਗਿਆ, ਜਿਹੜੀ ਚਲਾਂਗ ਮਾਰੀ ਨਾ ਮੇਰੇ ਬੁੜੇ ਨੇ ਮੌਰ ਛਾਲਤਾ, ਪਿੱਛੇ ਹੱਥ ਵੀ ਨਹੀਂ ਜਾਂਦਾ ਓਏ ਉੱਥੇ ਤਾਂ। ਇਹਨਾਂ ਕੋਲ ਕੰਮ ਨਹੀਂ, ਆਪ ਤਾਂ ਦੁੱਖ ਆਪ ਨਹੀਂ ਕਰਨਾ ਪੈਂਦਾ ਆਪ ਬੈਠੇ। ਆਪਣੇ ਕਰਮਾਂ 'ਚ ਲੱਗਦਾ ਮੁਰਗਾ ਹੈ ਨਹੀਂ ਗੱਲ ਆ ਤਾਂ ਆਉਂਦਾ। ਕਿਵੇਂ ਅੱਜ ਛਿੰਦਾ ਮੋਰਾਂ ਵਾਂਗੂ ਪਹਿਲਾਂ ਪਾਉਂਦਾ ਫਿਰਦਾ ਲੱਗਦਾ ਇਹਦਾ ਬੁੜੇ ਨੇ ਛਿੰਦਿਆ। ਉਹ ਬਈ ਪੁੱਛਣਾ ਯਾਰ ਕੀ ਗੱਲ ਹੋ ਗਈ ਬਾਈ, ਮੈਨੂੰ ਤਾਂ ਐਂ ਸੀਗਾ ਵੀ ਕੱਲ੍ਹ ਜਿਹੜੀ ਕੁੜੀ ਵੇਖ ਕੇ ਆਪਣੇ ਨਹੀਂ ਹੱਸਦੇ ਸੀਗੀ ਵੀ ਅੱਜ ਗੇੜੀ ਲਾਉਣ ਗਏ ਤਾਂ ਆਪਣੇ ਨਾਲ ਚੱਲ ਮੇਰੀ ਗੱਲ ਬਣ ਜੂਗੀ, ਘੱਟੋ ਘੱਟ ਜਿਹੜੀ ਉਹ ਲੰਗੜੀ ਲੁੰਗੜੀ ਕਹੀ ਜਾਂਦੇ ਆ ਕੁੜੀ ਉਹਦੇ ਤੋਂ ਖਹਿੜਾ ਛੁੱਟ ਜਾਂਦਾ। ਪਰ ਬਈ ਮੇਰਾ ਬਾਪੂ ਜਦੋਂ ਮੇਰਾ ਘਰੇ ਗਿਆ ਮੈਨੂੰ ਕਹਿੰਦਾ ਵੀ ਜੇ ਤੂੰ ਉਹ ਕੁੜੀ ਨਾਲ ਵਿਆਹ ਕਰਾਇਆ ਕਿਸੇ ਹੋਰ ਨਾਲ ਵੀ ਉਹਨੂੰ ਛੱਡ ਕੇ ਤਾਂ ਫਿਰ ਕਹਿੰਦਾ ਮੈਂ ਮਰ ਜੂੰਗਾ, ਜੇ ਮੈਨੂੰ ਕੁੱਟਦਾ ਮਾਰਦਾ ਤਾਂ ਮੈਨੂੰ ਦੁੱਖ ਨਹੀਂ ਹੋਣਾ ਸੀਗਾ, ਪਰ ਮੈਨੂੰ ਹੁਣ ਇਹ ਗੱਲ ਦਾ ਦੁੱਖ ਹੋ ਰਿਹਾ, ਮੈਨੂੰ ਉਹਨੇ ਇਹ ਗੱਲ ਆਖੀ ਵੀ ਮੈਂ ਮਰ ਜੂੰਗਾ। ਬਾਈ ਇਦੋਂ ਪਹਿਲਾਂ ਮੈਂ ਹੀ ਮਰ ਜਾਵਾਂ, ਮੈਂ ਤਾਂ ਨਹਿਰ 'ਚ ਡਿੱਗਦਾ ਬਾਈ। ਨਾ ਛਿੰਦਿਆ ਨਾ ਇਹ ਕੰਮ ਨਾ ਕਰੀ। ਉਹ ਚੰਗਾ ਆਇਆ, ਦੁਨੀਆਂ ਤੋਂ ਮਾੜਾ ਬੰਦਾ ਘਟੂਗਾ। ਉਹ ਤਾਂ ਸਕੂਟਰ ਆਪਣਾ ਹੀ ਲੈ ਗਿਆ ਬਾਈ, ਉਹ ਭੱਜ ਉਹ ਮਰਨ ਲੱਗਾ ਸਕੂਟਰ ਨਹਿਰ ਦੇ ਬਾਹਰ ਠੰਡੀ ਵਿੱਚ ਨਾ ਛੱਡਦੀ। ਗਿਆ ਵੇ ਹੋਨੀ ਫੜੀ ਦਾ ਉਹ, ਤੂੰ ਤਾਂ ਆਉਂਦਾ ਸੀ ਬੰਦਾ ਹੀ ਬਹੁਤ ਮਾੜਾ। ਉਹ ਮੈਂ ਤਾਂ ਸਕੂਟਰ ਤੋਂ ਭੱਜੀ ਜਾਂਦਾ, ਸਕੂਟਰ ਨਾ ਨਹਿਰ 'ਚ ਸਿੱਟ ਦੇ, ਬੰਦਾ ਤਾਂ ਉਹ ਮਾੜਾ ਹੀ ਆ। ਹੁਣ ਕੀ ਬਣੂ ਬਾਈ? ਬਣਨਾ ਕੀ ਆ, ਸਕੂਟਰ ਗਿਆ 8-9 ਹਜ਼ਾਰ ਦਾ, ਜਦੋਂ ਨੂੰ ਨਹਿਰ 'ਚ ਸਕੂਟਰ ਲੱਭਣਾ ਉਹਨਾਂ ਨੂੰ ਗੱਲ ਵਜੂਗੀ ਉਹਦੀ ਬਾਡੀ ਵਿਚਾਰੇ ਦੀ। ਚੱਲ ਕੋਈ ਨਹੀਂ, ਹੁਣ ਆਪਾਂ ਘਰੇ ਜਾ ਕੇ ਇੰਤਜ਼ਾਮ ਕਰਦੇ ਹਾਂ ਕੋਈ। ਸਾਹੋ ਸਾਈ ਹੋ ਗਏ ਸਕੂਟਰ ਥੱਲੇ ਆ ਕੇ ਮਰਨਾ ਸੀ, ਉਹ ਇਹਦੇ ਥੱਲੇ ਆ ਕੇ ਮਰ ਜਾਂਦਾ, ਤੇਰੇ ਜਵਾਕ ਚਲੇ ਰੁਲ ਜਾਂਦੇ। ਓਏ ਇੱਧਰ ਕਿੱਥੇ ਜਵਾਕ ਚਲੇ ਰੁਲ ਜਾਂਦੇ, ਇਹ ਤਾਂ ਪਾਗਲ ਹੈ। ਕੀ ਗੱਲ ਬਾਈ ਬਾਪੂ, ਪਾਗਲਾਂ ਨੂੰ ਨਹੀਂ ਹੁੰਦਾ ਰਿਸ਼ਤਾ? ਇਹਨੂੰ ਪਾਗਲ ਨੂੰ ਕੁੰਨ ਦੇਣਾ ਸੀ ਡੋਲਾ? ਅੱਛਾ ਇਹ ਗੱਲ ਆ, ਫਿਰ ਤਾਂ ਅੱਜ ਤੋਂ ਬਾਅਦ ਮੈਂ ਵੀ ਪਾਗਲ ਹੀ ਹਾਂ। ਤੂੰ ਵੀ ਪਾਗਲ ਹੀ ਲੱਗਦਾ, ਮੈਂ ਚਲਿਆ ਆਪਣੇ ਕੰਮ। ਬਾਈ ਹੁਣ ਤੱਕ ਤਾਂ ਆਪਣਾ ਬਾਈ ਮਰ ਗਿਆ ਹੋਊਗਾ। ਹਾਂ ਬਾਈ ਉਹ ਤਾਂ ਹੁਣ ਤੱਕ ਮਰ ਗਿਆ ਯਾਰ। ਬਾਈ ਆਪਣੇ ਬਾਈ ਨਰਕਾਂ 'ਚ ਜਾਊ ਕਿ ਸਵਰਗਾਂ 'ਚ? ਉਹ ਪਤੰਦਰਾ ਜਿਹੜਾ ਬੰਦਾ ਆਪਣੇ ਨਾਲ ਰਹਿੰਦਾ ਉਹ ਸਵਰਗਾਂ 'ਚ ਕਿਵੇਂ ਜਾਵੜੂ, ਨਰਕਾਂ 'ਚ ਜਾਊਗਾ? ਇਹ ਸੱਚਾ ਪਾਤਸ਼ਾਹ ਸਾਡੇ ਛਿੰਦੇ ਯਾਰ ਨੂੰ ਸਵਰਗਾਂ 'ਚ ਭੇਜੀ। ਕੀ ਗੱਲ ਬਾਈ? ਬਾਈ ਯਾਰ ਜੇ ਉਹ ਨਰਕਾਂ 'ਚ ਜਾਵੜਿਆ ਤਾਂ ਆਪਣੇ ਵਿੱਚ ਹੀ ਵੱਜਦਾ ਫਿਰੂਗਾ। ਇਹ ਗੱਲ ਤਾਂ ਸਹੀ ਆ ਬਾਈ, ਉਹਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਦੀ, ਮੇਰੀ ਤਾਂ ਵਾਰੀ ਵੀ ਰਾਤ ਨੂੰ ਹੁੰਦੀ ਆ ਪਾਣੀ ਦੀ। ਕਰਦਾ ਬਾਈ ਚੱਲ ਵੈਸੇ, ਚਲੋ ਬਾਈ ਪਤੰਦਰ ਆ ਗਿਆ, ਨਰਕਾਂ 'ਚ ਵੀ ਆ ਗਿਆ, ਨਰਕਾਂ 'ਚ ਉੱਠ ਕੇ ਵੀ ਆ ਗਿਆ। ਮੇਰਾ ਸਾਹ ਚੜਿਆ ਪਿਆ, ਮੈਂ ਥੋੜਾ ਛਿੰਦਾ ਹੀ ਆ, ਛਿੰਦਾ ਹੀ ਆਪਣਾ ਪੌਦਾ ਫਿਰਦਾ ਇੱਧਰ ਆ ਜਾ, ਛਿੰਦਾ ਹੀ ਆ, ਛਿੰਦਾ ਹੀ ਆ ਯਾਰ। ਐਵੇਂ ਬਾਈ ਛਿੰਦਾ ਤਾਂ ਉਹੀ ਯਾਰ, ਦੱਸ ਯਾਰ ਡਰੁੱਕਲ ਬੰਦੇ ਯਾਰ, ਇਹੋ ਜਿਹੇ ਬੰਦੇ ਕਿਤੇ ਵੇਖੇ ਆਪਾਂ ਦੁਨੀਆਂ ਤੇ ਯਾਰ? ਉਹ ਮੈਨੂੰ ਪਤਾ ਛਿੰਦਾ ਯਾਰ ਆਪਣਾ ਇਹਦੇ ਮਰ ਗਿਆ ਸੀ ਡਰੁੱਕਲ, ਤੂੰ ਐਵੇਂ ਛਿੰਦਾ ਵੇਖ ਲਾ ਐਵੇਂ ਕੰਧਾ ਟਪਦਾ ਫਿਰਦਾ, ਤੂੰ ਤਾਂ ਮਰਨ ਗਿਆ ਸੀ, ਤੂੰ ਤਾਂ ਮਰ ਗਿਆ ਸੀ। ਉਹ ਨਹੀਂ ਓਏ ਭਰਾਵੋ, ਮੇਰੇ ਕੋਲ ਕੈਡੀ ਆਇਆ ਮੈਂ ਤੁਹਾਨੂੰ ਦੱਸਦਾ ਭਰਾਵੋ, ਵੱਡਾ ਦਲੇਰ ਦੇਖ ਲਾ
ਇੰਜਣ ਤੋਂ ਵੱਧ ਰਾੜ ਆਉਂਦਾ ਪਈ ਜਾਂਦਾ ਗਾ ਉਹ ਨਹੀਂ ਮਾਤਾ ਯਾਰ ਮਾਤਾ ਮੈਂ ਤਾਂ ਉਹ ਯਾਰ ਬਾਈ ਮੇਰੇ ਕੋਲ ਕੈੜੀ ਆਇਆ ਮੈਂ ਜਾਂਦਾ ਸੀਗਾ ਮਰਨ ਰਾਹ ਚ ਆ ਗਿਆ ਇੱਕ ਪਾਗਲ ਉਹ ਚ ਮੈਥੋਂ ਵੱਜ ਜਾਣਾ ਸੀ ਸਕੂਟਰ ਉਹ ਮੈਂ ਆਖਿਆ ਵੀ ਤੂੰ ਮੇਰੇ ਸਕੂਟਰ ਥੱਲੇ ਆ ਕੇ ਮਰਨਾ ਸੱਥ ਚ ਬੈਠਾ ਜੀ ਕੌਲੇ ਕੌਲੇ ਆਖੀਏ ਨਾ ਸੱਥ ਵਾਲੇ ਸਿਆਣੇ ਬੰਦੇ ਕੌਲੇ ਉਹ ਕਹਿੰਦੇ ਕੌਲੇ ਤਾਂ ਆਪਾਂ ਵੀ ਉਹ ਕਹਿੰਦੇ ਵੀ ਇਹ ਤਾਂ ਕੌਲਾ ਗਾ ਜਿਹ ਚ ਤੂੰ ਸਕੂਟਰ ਮਾਰਿਆ ਗਾ ਉਹ ਇਹਨੂੰ ਕਿਹਨੇ ਡੋਲਾ ਦੇਣਾ ਸੀ ਡੋਲਾ ਮੇਰੇ ਦਿਮਾਗ ਚ ਇੱਕ ਆਈਡੀਆ ਆ ਗਿਆ ਮੈਂ ਕਿਹਾ ਵੀ ਕੌਲੇ ਬੰਦਿਆਂ ਨੂੰ ਰਿਸ਼ਤਾ ਨੀ ਹੁੰਦਾ ਨਹੀਂ ਹੁੰਦਾ ਤੇ ਕਿਉਂ ਨਾ ਆਪਾਂ ਨੂੰ ਜਵਾਬ ਦੇਣ ਦੀ ਤੇ ਮਰਨ ਦੀ ਲੋੜ ਹੀ ਨੀ ਕੰਜਰ ਦਿਓ ਵੀ ਕਿਉਂ ਨਾ ਮੈਂ ਕੌਲਾ ਹੀ ਬਣ ਜਾ ਦੋ ਦਿਨ ਜਿੰਨਾ ਚਿਕਰ ਰਿਸ਼ਤਾ ਨੀ ਹੁੰਦਾ ਚੱਪਲ ਮਾਰ ਕਿਉਂ ਕੰਮ ਕਰ ਰਹੇ ਜਾ ਕਵਲਾ ਤੂੰ ਤੇਰੇ ਨਾਲ ਭੋਗ ਪਵਾ ਖਲਾ ਉਹਨੂੰ ਫਿਰ ਦੇ ਓਏ ਭੋਗ ਵਾਲੇ ਮੈਨੂੰ ਪਤਾ ਕਿ ਮੈਂ ਤੇ ਕਿਹਾ ਉਹਨੂੰ ਲਾਸ਼ ਵੀ ਫੁੱਲ ਗਈ ਹੋਣੀ ਐ ਦੀ ਉਹ ਮੇਰੀ ਗੱਲ ਸੁਣ ਲਓ ਤੁਸੀਂ ਸਾਡੇ ਘਰੇ ਜਾਣਾ ਮੇਰੇ ਨਾਲ ਇਹਨੂੰ ਪਾਸੇ ਰੱਖੋ ਤੁਸੀਂ ਜਾਣਾ ਮੇਰੇ ਨਾਲ ਉੱਥੇ ਜਾ ਕੇ ਕਹਿਣਾ ਵੀ ਤੁਹਾਡਾ ਮੁੰਡਾ ਦਾ ਟੱਪ ਗਿਆ ਢਾਲਾ ਵੀ ਇਹਦਾ ਇਲਾਜ ਨੀ ਹੋ ਸਕਦਾ ਕੋਈ ਵੀ ਜਿੰਨਾ ਟਾਈਮ ਸ਼ਗਨ ਵਾਲੇ ਕੁੜੀ ਵਾਲੇ ਵੀ ਜਵਾਬ ਨੀ ਦਿੰਦੇ ਸ਼ਗਨ ਤੋਂ ਓਨਾ ਚਿਕਰ ਮੈਂ ਕੌਲੇ ਪਾਉਂਦੀ ਐਕਟਿੰਗ ਕਰੂੰਗਾ ਤੁਸੀਂ ਰੱਖਣਾ ਮੇਰਾ ਖਿਆਲ ਕਿਤੇ ਘਰ ਦੇ ਬਿਜਲੀ ਬੁਜਲੀ ਲਵਾਉਣ ਨਾਲ ਲੈ ਜਾਣ ਸਰਦਾਰ ਜੀ ਸਰਦਾਰ ਜੀ ਮੇਰੇ ਘਰੋਂ ਤਾਂ ਇਹ ਵਧੀਆ ਗਿਆ ਸੀ ਤੇ ਏਡੀ ਛੇਤੀ ਨੂੰ ਕੀ ਹੋ ਗਿਆ ਇਹ ਹੱਲ ਕਿਵੇਂ ਗਿਆ ਮੈਨੂੰ ਸਮਝ ਨਹੀਂ ਆਉਂਦਾ ਉਹ ਚਾਚਾ ਹਿੱਲਿਆ ਤਾਂ ਇਹ ਪਹਿਲਾਂ ਹੀ ਸੀ ਤੁਹਾਨੂੰ ਹੀ ਹੁਣ ਪਤਾ ਲੱਗਿਆ ਠੀਕ ਹੈ ਹਾਂ ਇਹ ਢਾਲਾ ਟੱਪ ਗਿਆ ਢਾਲਾ ਤੇ ਫਿਰ ਇਹਨੂੰ ਆਪਾਂ ਡਾਕਟਰ ਡਾਕਟਰ ਕੋਲ ਲੈ ਜਾਈਏ ਜੀ ਠੀਕ ਹੁੰਦਾ ਤਾਇਆ ਬਹੁਤ ਹੀ ਲੈ ਗਏ ਡਾਕਟਰ ਤਾਇਆ ਅਸੀਂ ਸਾਰਿਆਂ ਨੂੰ ਪੁੱਛ ਰਿਹਾ ਹੁਣ ਇਹ ਠੀਕ ਨਹੀਂ ਹੁੰਦਾ ਤੁਸੀਂ ਘਰੇ ਬੰਨ ਕੇ ਰੱਖੋ ਐਵੇਂ ਕਿਸੇ ਨੂੰ ਵੱਢ ਵੁੱਢ ਹੀ ਆਊਗਾ ਹਾਂ ਪਰ ਦੰਦੀ ਤਾਂ ਮੇਰੇ ਹੀ ਵੱਢ ਜਾਣੀ ਸੀ ਮੇਰੇ ਵੱਢੀ ਇੱਥੇ ਇਹਨੂੰ ਤੁਸੀਂ ਬੰਨ ਕੇ ਰੱਖੋ ਦੱਸ ਦੇਣਾ ਬੰਨ ਕੇ ਰੱਖੋ ਇਹ ਤਾਂ ਆਪ ਹੀ ਸਹੀ ਹੋਊਗਾ ਹੌਲੀ ਹੌਲੀ ਅਸੀਂ ਜਾਂਦੇ ਆ ਚੱਲੀਏ ਆਪਾਂ ਚੰਗਾ ਚੱਲਦੇ ਆ ਰੱਖਿਓ ਧਿਆਨ ਇਹਦਾ ਕਲਵਿੰਦਰ ਮੇਰੀ ਗੱਲ ਸੁਣ ਆਪਣਾ ਮੁੰਡਾ ਹੋ ਗਿਆ ਪਾਗਲ ਤੇ ਬਗਾਨੀ ਕੁੜੀ ਦੀ ਆਪਾਂ ਕਿਉਂ ਜ਼ਿੰਦਗੀ ਪਰਵਾਹ ਕਰਦੇ ਹਾਂ ਤੇ ਮੈਂ ਉਹ ਕਰਦਾ ਮੈਂ ਜਾਂਦਾ ਵਿਚੋਲੇ ਕੋਲ ਤੇ ਆਪਾਂ ਜਵਾਬ ਦੇ ਦਈਏ ਨਹੀਂ ਨਹੀਂ ਮਸਾ ਤਾਂ ਰਿਸ਼ਤਾ ਹੋਇਆ ਕੋਈ ਗੱਲ ਨਹੀਂ ਠੀਕ ਹੋ ਜੂਗਾ 20 ਤਰੀਕ ਨੂੰ ਸਗਣ ਆ ਤੁਸੀਂ ਆਪਦਾ ਉਹਦਾ ਇੰਤਜ਼ਾਮ ਕਰੋ ਕੋਈ ਗੱਲ ਨਹੀਂ ਠੀਕ ਹੋ ਜੂਗਾ ਮੁੰਡਾ ਤਾਂ ਉਹ ਇੰਤਜ਼ਾਮ ਤਾਂ ਕਰੂੰਗੇ ਪਾਗਲ ਜੇ ਆਈ ਕਰੀ ਗਿਆ ਫਿਰ ਕੀ ਕਰੇਗੀ ਨਹੀਂ ਕੋਈ ਗੱਲ ਨਹੀਂ ਨਰਸਤਾ ਨਹੀਂ ਰਤਨ ਤਾਂ ਹੁੰਦਾ ਹੁੰਦਾਗਾ ਕੋਈ ਨਾ
ਬਾਪੂ ਚੱਲ ਤੜਕੇ ਤੜਕੇ ਛਿੰਦੇ ਗਾਣੇ ਯਾਦ ਕੀਤਾ ਬਿਜਲੀ ਬਿਜਲੀ ਲਵਾਉਣ ਤਾਂ ਨੀ ਯਾਦ ਆਇਆ ਕੱਪੜੇ ਕੁਪੜੇ ਪਵਾ ਕੇ ਤੇ ਓਹਦਾ ਰਿਸ਼ਤਾ ਆਪਾਂ ਉੱਥੇ ਆਪਣੀ ਜਵਾਨ ਹੋਈ ਸੀ ਉੱਥੇ ਪਾ ਦੇ ਉੱਥੇ ਹੀ ਕਰਨਾ ਹੁਣ ਹਾਂ ਹਾਂ ਪਤਾ ਕਿ ਜੇ ਬਦਨਾਮ ਹੋ ਗਿਆ ਕਮਲਾ ਕਮਲਾ ਕੱਪੜੇ ਬਦਲਾ ਜਵਾਨ ਬੰਨਣੀ ਚਾਹੀਦੀ ਸੀ ਜਵਾਨ ਤਾਂ ਥੋੜੀਆਂ ਲੱਤਾਂ ਬੰਨਣੀਆਂ ਚਾਹੀਦੀਆਂ ਜਿਹੜੇ ਸਾਡੇ ਘਰੇ ਆ ਗਿਆ ਮੂੰਹ ਚੱਕ ਕੇ ਸਾਡੇ ਬੁੜੇ ਦੇ ਕਹਿਣ ਦੇ ਆਖੇ ਤੁਹਾਨੂੰ ਕਿਹਨੇ ਆਖਿਆ ਨਵੇਂ ਲੀੜੇ ਪਾ ਕੇ ਤੜਕੀ ਆ ਕੇ ਬਹਿ ਗਏ ਤੁਹਾਡੇ ਬੁੜੇ ਨੇ ਸੁਣਿਆ ਸਾਨੂੰ ਮੇਰੀ ਗੱਲ ਸੁਣ ਲੋ ਆਪਣੇ ਘਰ ਦੇ ਤਾਂ ਨੀ ਦਿੰਦੇ ਜਵਾਬ ਠੀਕ ਆ ਵੀ ਸਾਡੀ ਬੁੜੀ ਨੂੰ ਐਂ ਲੱਗਦਾ ਵੀ ਜੇ ਆ ਪਿੰਡ ਚ ਗੱਲ ਉੱਡ ਗਈ ਵੀ ਮੁੰਡਾ ਕੌਲਾ ਹੋਇਆ ਕਿਸੇ ਨੇ ਰਿਸ਼ਤਾ ਨੀ ਕਰਨਾ ਤਾਂ ਅੱਜ ਮੈਨੂੰ ਸ਼ਗਨ ਤੇ ਲੈ ਕੇ ਆਉਂਦਿਆ ਪਰ ਗਲਤ ਘੱਟੋ ਘੱਟ ਰਾਹ ਚ ਤੁਸੀਂ ਫੜ ਕੇ ਤਾਂ ਤੁਸੀਂ ਲੈ ਕੇ ਆਉਣਾ ਨਾ ਮੈਨੂੰ ਦੋਵਾਂ ਨੇ ਤੁਸੀਂ ਐਂ ਕਰਿਓ ਮਾੜਾ ਜਿਹਾ ਮੇਰੇ ਹੱਥ ਢਿੱਲੇ ਕਰ ਦਿਓ ਜਦੋਂ ਕੁੜੀ ਚਾਹ ਲੈ ਕੇ ਆਈ ਮਾਮੇ ਮਾਮੀ ਨੂੰ ਤਾਂ ਬੁਲਾਉਂਦਾ ਹੀ ਨਹੀਂ ਗਾ ਜਦੋਂ ਮੰਨ ਕੇ ਚਾਹ ਲਿਆ ਨਾ ਚਾਹ ਮੈਂ ਕੁੜੀ ਉੱਤੇ ਚਾਹ ਪਾ ਦੂੰ ਆਪਣੇ ਘਰ ਦੇ ਭਾਵਾਂ ਨਾ ਦੇਣ ਪਜਾਮਾ ਵੀ ਪਾ ਲਿਆ ਕੋਈ ਕਿੰਨੇ ਸਿਰ ਤੇ ਆਉਣਾ ਮੁੰਡਾ ਸੰਗਦਾ ਸੰਗਦਾ ਬੜਾ ਮੁੰਡਾ ਸਾਡਾ ਮੁੰਡਾ ਸ਼ਰਮੀਲਾ ਬਹੁਤ ਜ਼ਿਆਦਾ ਆ ਵੇਖੋ ਦੇਖੋ ਜੀ ਮੈਨੂੰ ਤਾਂ ਲੱਗਦਾ ਮੁੰਡਾ ਬਿਨਾਂ ਜੁੱਤੀ ਤੋਂ ਆਇਆ ਕੋਈ ਗੜਬੜ ਲੱਗ ਰਹੀ ਆ ਹਾਂ ਲੱਗਦਾ ਤਾਂ ਮੈਨੂੰ ਵੀ ਆ ਦੇਖੋ ਤਾਂ ਜਰਾ ਕਿਵੇਂ ਆ ਬਾਈ ਸਤਿ ਸ੍ਰੀ ਅਕਾਲ ਹੋਰ ਬਈ ਠੀਕ ਆ ਅਗਰੀ ਕਾਲ ਜੀ ਸਤਿ ਸ੍ਰੀ ਅਕਾਲ ਬਚਾਰੇ ਬਏ ਆ ਮੁੰਡਾ ਸਾਂਡਾ ਬਹੁਤ ਆਈ ਵੈਸੇ ਵੀ ਮੁੰਡਾ ਕੀ ਕਰਦਾ ਆ ਕਰਦੇ ਦਾ ਤਾਂ ਪਤਾ ਨਹੀਂ ਪਰ ਘਰੇ ਬਹੁਤ ਕੁਝ ਕਰਕੇ ਆਇਆ ਜੀ ਮਤਲਬ ਜੀ ਮਤਲਬ ਵੀ ਬਹੁਤ ਸਿਆਣਾ ਮੁੰਡਾ ਮਿਹਨਤੀ ਮੁੰਡਾ ਘਰ ਦਾ ਕੰਮ ਕੁੰਮ ਖੇਤ ਦਾ ਸਾਰਾ ਇਹੀ ਸੰਭਾਲਦਾ ਹੈਗਾ ਵੀਰੇ ਹੀਰਾ ਹੀਰਾ ਹਾਂਜੀ ਭਾਈ ਚਲਾਓ ਤਾਂ ਪਾਣੀ
ਪੁੱਤ ਪਾਣੀ ਲੈ ਕੇ ਆ। ਪਾਣੀ ਡੋਲ ਦੇ ਉੱਤੇ ਹੁਣ ਪਾਣੀ ਡੋਲ ਦੇ ਯਾਰ ਗੱਲ ਸੁਣ ਕਰ ਐਵੇਂ ਕੌਲ ਕਟਾਈ ਜਾਂਦੇ ਯਾਰ ਕੁੜੀ ਤਾਂ ਹੋਈ ਹੈ ਜਿਹੜੀ ਅੱਡੀ ਟੱਕਰੀ ਆ ਉਹ ਤਾਂ ਆਪਣਾ ਭਰਾ ਹੀ ਗੱਪ ਮਾਰ ਗਿਆ ਆਪਾਂ ਨੂੰ ਉਹ ਬਹਿ ਦਾ ਯਾਰ ਹੁਣ ਤਾਂ ਸਿਆਣਾ ਬਣ ਜਾ ਪਰ ਤੂੰ ਮੈਨੂੰ ਸਿਰ ਨਹੀਂ ਬਸ ਮੈਂ ਨਹੀਂ ਪੀਂਦਾ ਚੱਕ ਬਹੁਤ ਬਾਈ ਵੇਖ ਲਿਆ ਮੁੰਡਾ ਹੁਣ ਕੁੜੀ ਪਸੰਦ ਆ ਬਾਈ ਤੁਹਾਨੂੰ ਪਾਈਏ ਬਾਈ ਸ਼ਗਨ ਹੁਣ ਤਾਇਆ ਆਪਣਾ ਮੁੰਡਾ ਤਾਂ ਹੈਗਾ ਪਾਗਲ ਹੈ ਅਤੇ ਪਾਗਲ ਮੁੰਡੇ ਦੇ ਕੁੜੀ ਲੜ ਲੱਗ ਕੇ ਕੁੜੀ ਤਾਂ ਡੁੱਬ ਜੂਗੀ ਆ ਛੋਟੇ ਵੀਰੇ ਗੱਲ ਦੱਸ ਬਾਈ ਤੁਸੀਂ ਵੀ ਆਓ ਬਾਈ ਮਾਫ ਕਰਨਾ ਤੁਹਾਡਾ ਰਿਸ਼ਤੇ ਮੇਰੇ ਘਰ ਨਹੀਂ ਹੋ ਸਕਦਾ ਜੀ ਕਿਵੇਂ ਬਾਈ ਜੀ ਮੇਰਾ ਮੁੰਡਾ ਪਾਗਲ ਆ ਤਾਂ ਕਰਕੇ ਮੈਂ ਨਹੀਂ ਕਹਿੰਦਾ ਕਿਸੇ ਕੁੜੀ ਦੀ ਜ਼ਿੰਦਗੀ ਬਰਬਾਦ ਕਰਾਂ ਸਰਦਾਰਾ ਇੱਕ ਤਾਂ ਮੇਰਾ ਜੀ ਕਰਦਾ ਮੈਂ ਤੇਰੇ ਗੋਲੀ ਮਾਰ ਦਿਆਂ ਇੱਕ ਤਾਂ ਤੂੰ ਆਪਦੇ ਮੁੰਡੇ ਦਾ ਸੱਚ ਦੱਸ ਕੇ ਵਧੀਆ ਕੀਤਾ ਨਿਕਲ ਜਾ ਘਰੋਂ ਮੇਰੇ ਬਾਹਰ ਤੇਰਾ ਪਿੰਡ ਚ ਇੰਨਾ ਨਾ ਇਸ ਤੋਂ ਪਹਿਲਾਂ ਕਿ ਉਹ ਤੁਹਾਡੇ ਛਿੱਤਰ ਮਾਰਨ ਕਿਉਂਕਿ ਤੈਨੂੰ ਤਾਂ ਪਤਾ ਵੀ ਉਹਨਾਂ ਦਾ ਮੁੰਡਾ ਪਾਗਲ ਆ ਹੁਣ ਤੂੰ ਕੁੜੀਆਂ ਨੂੰ ਤਾਂ ਦੱਸਿਆ ਨੀ ਮੇਰੀ ਗੱਲ ਸੁਣ ਲੈ ਆ ਦੇਖ ਤੇਰਾ ਮੁੰਡਾ ਕਿੰਨਾ ਸੋਹਣਾ ਸੁਨੱਖਾ ਹੈ ਉਹ ਤਾਂ ਪਾਗਲ ਮੁੰਡਾ ਹੈ ਉਹ ਤੁਹਾਨੂੰ ਕੁੱਟਣਗੇ ਉਹ ਤਾਂ ਮੇਰੀ ਗੱਲ ਸੁਣਨਾ ਧਿਆਨ ਨਾਲ ਚੁੱਪ ਚਾਪ ਉੱਥੇ ਜਾਈ ਇਹਦਾ ਰਿਸ਼ਤਾ ਪੱਕਾ ਕਰੇ ਹਾਂ ਲੈ ਵੀ ਸੁੱਖਿਆ ਉਹ ਗੱਲ ਸੁਣ ਮੇਰੀ ਇੱਦਾਂ ਤਾਂ ਗੱਲ ਹੋ ਗਈ ਪੱਕੀ ਮੈਂ ਤੈਨੂੰ ਕਿਹਾ ਸੀ ਨਾ ਉੱਥੇ ਰਿਸ਼ਤਾ ਤੇਰਾ ਹੀ ਹੋਊਗਾ ਤੂੰ ਟੈਨਸ਼ਨ ਹੀ ਲੈਣੀ ਜੜ ਦੂੰ ਕੁੱਕੇ ਲੈ ਵੀ ਅਮਲੀਆ ਉੱਧਰ ਵੀ ਲੂਤੀ ਲੱਗ ਗਈ ਇੱਧਰ ਵੀ ਲੱਗ ਗਈ ਹੁਣ ਆ ਕੰਜਰ ਦੀ ਤਾਂ ਇਹਦਾ ਵੀ ਹੈਣੀ ਉਹ ਪਾਗਲ ਆ ਇਹ ਵੀ ਗਾਹਾਂ ਮਲਾਂਗਾ ਆਪਾਂ ਚੱਲਦੇ ਬਾਈ ਗੱਲ ਜਿਹੜੀ ਉਹ ਗੱਲ ਹੋ ਗਈ ਉਹ ਤਾਂ ਸ਼ਰਮਿੰਦਾ ਮੈਂ ਉਹਦੇ ਤੋਂ ਪਰ ਜੇ ਤੈਨੂੰ ਨਹੀਂ ਇਤਰਾਜ ਤਾਂ ਮੇਰਾ ਮੁੰਡਾ ਬੈਠਾ ਉਨਾ ਹੀ ਜ਼ਮੀਨ ਆ ਪੜਿਆ ਉਹਦੇ ਨਾਲ ਵੱਧਦਾ ਕੰਮ ਕਾਰ ਵੀ ਠੀਕ ਕਰਦਾ ਚਲੋ ਠੀਕ ਆ ਫਿਰ ਪਰ ਵਿਆਹ ਕੱਲ੍ਹ ਨੂੰ ਹੀ ਹੋਣਾ ਚਾਹੀਦਾ ਉਹ ਠੀਕ ਆ ਉਹ ਕਰ ਬੜੀਆਂ ਸੋਚਾਂ ਦੇ ਵਿੱਚ ਡੁੱਬੀ ਲੰਘਦੀ ਹੈ ਨਵਦੀਪ ਕੀ ਸੋਚ ਰਹੀ ਹੈ ਕੱਲ੍ਹ ਅੜੀ ਉਹ ਮੁੰਡਾ ਐਡਾ ਕਵਲਾ ਲੱਗਦਾ ਤਾਂ ਹੈ ਨਹੀਂ ਸੀ ਕੱਲ੍ਹ ਮੈਨੂੰ ਪਤਾ ਲੱਗਿਆ ਮਰਨ ਦੀਆਂ ਗੱਲਾਂ ਕਰੀ ਜਾਂਦਾ ਸੀ ਕਿਉਂ ਕੀ ਹੋਇਆ ਪਤਾ ਨਹੀਂ ਕਹਿੰਦਾ ਮੈਂ ਤੁਹਾਡੀ ਨਹਿਰ ਵਿੱਚ 4 ਵਜੇ ਡਿੱਗੂੰਗਾ ਅਤੇ ਪਤਾ ਨਹੀਂ ਕਿਉਂ ਐਦਾਂ ਗੱਲਾਂ ਕਰਦੇ ਸੀ ਉੱਦਣ ਆਪਾਂ ਨੂੰ ਮਿਲਿਆ ਤਾਂ ਸੀ ਅਤੇ ਪਰ ਠੀਕ ਸੀ ਕੱਲ੍ਹ ਪਤਾ ਨਹੀਂ ਉਹਨੂੰ ਕੀ ਹੋਇਆ ਚੱਲ ਆਪਾਂ ਇੱਕ ਵਾਰ ਉਹਨੂੰ ਨਹਿਰ 'ਤੇ ਮਿਲ ਆਉਂਦੇ ਹਾਂ ਮੇਰਾ ਨਾਂ ਠੀਕ ਰਹੂਗਾ ਹਾਂ ਕੁਛ ਨਹੀਂ ਹੁੰਦਾ ਆਪਾਂ ਮਿਲ ਆਉਂਦੇ ਹਾਂ ਇੱਕ ਵਾਰ ਨਹੀਂ ਤਾਂ ਉਹ ਮਰ ਜੂਗਾ ਚੱਲ ਦੇਖਦੇ ਹਾਂ ਫਿਰ ਕੀ ਬਣਦਾ ਨਾ ਹੁਣ ਤੂੰ ਸੋਚ ਲਿਆ ਮਰਨਾ ਹੀ ਮਰਨਾ ਬਾਈ ਪੱਕੀ ਲੋਹੇ ਤੇ ਲਖੀਰਾ ਆਪਾਂ ਤਾਂ ਜੇ ਅੱਜ ਨਾ ਆਈ ਨਾ ਮਰਨਾ ਹੀ ਮਰਨਾ ਬਸ ਕਿਆ ਚਲਾ ਤਿਆਰੀ ਤੇਰੇ 5 ਮਿੰਟ ਰਹਿ ਗਏ ਲੱਛਣ ਜਣਾ ਕਰ ਓਏ ਓਏ ਕਾਲੀ ਜਵਾਨ ਵਾਲਿਆ ਘੜੀ ਦੇ ਕੁਝ 5 ਮਿੰਟਾਂ ਲਈ ਸੈਲੀ ਕਰ ਦੇ ਤੁਸੀਂ ਤਾਂ ਮਾਰ ਕੀ ਖੁਸ਼ ਆ ਮੈਨੂੰ ਯਾਰ ਮਰਨਾ ਇਹਨੇ ਅੱਜ ਵੀ ਨਹੀਂ ਅੱਜ ਵੀ ਇਹ ਲੱਛਣ ਕਰੀ ਜਾਂਦਾ ਵਾਹ ਆਹ ਗੱਲਾਂ ਮਰ ਕੇ ਦਿਖਾਵਾਂ ਤੈਨੂੰ ਮਾਰ 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 ਅੱਜ ਤਾਂ ਡੂੰਗੀ ਲੱਗਦੀ ਹੈ ਕੱਲ ਨੂੰ ਮਰਾਂਗੇ ਮੇਰੇ ਗੱਲ ਥੋੜੀ ਭਾਬੀ ਹੈਗੀ ਓਏ ਪਿੱਛੇ ਪਿੱਛੇ ਹੋ ਜਾਓ ਨਾ ਪਿੱਛੇ ਪਿੱਛੇ ਹੋਣ ਇਹ ਨਾ ਨਾ ਤੜੇ ਆ ਸੌ ਰਹੇ ਆ ਓ ਸੌ ਰਹੀ ਤੇ ਆ ਇੱਥੇ ਪਹਿਲੇ ਫਿਰ ਮੈਂ ਗੱਲ ਕਰਕੇ ਆਉਣਾਗਾ ਲੈ ਅਜੇ ਉਹਨਾਂ ਨੂੰ ਖਾਣ ਲੱਗੇ ਆ ਜਾ ਜਾਵੜਾ ਤੂੰ ਤਰਤਰਾਂ ਆਉਂਦੀਆਂ ਇਹ ਕਿੱਧਰ ਆ ਗਈਆਂ ਏ ਇਹ ਤਾਂ ਲੱਗਦਾ ਕੋਈ ਸਿਆਪਾ ਪਾਊਗਾ ਚੱਲ ਚੱਲ ਗਏ ਆਪਾਂ ਤੂੰ ਇੱਥੇ ਹੀ ਬਹਿ ਜਾ ਛਿੱਤਰ ਛਿੱਤਰ ਖਾਊਗਾ ਨਾ ਤੂੰ ਇਹ ਜਾਣ ਦੇ ਇਹਨੂੰ ਤੂੰ ਇੱਧਰ ਨੂੰ ਕਰ ਲਈ ਇੱਧਰ
ਗੱਲ ਸੁਣ ਕੇ ਜਾਇਓ ਜੀ। ਮੈਂ ਤਾਂ ਘੁੰਮਦੀ ਘੁੰਮਦੀ ਇੱਧਰ ਨੂੰ ਆਈ ਸੀ। ਉਹ ਘੁੰਮਣ ਨੂੰ ਤੂੰ ਕਿਹੜਾ ਭਮੇਰੀ ਆ? ਚਲੋ ਜਲਦੀ ਕਹੋ ਜੋ ਤੁਸੀਂ ਕਹਿਣਾ। ਓਏ ਜਿਹਨੂੰ ਕਹਿਣਾ ਭੈਣੇ ਉਹ ਤਾਂ ਬੋਲਦੀ ਨਹੀਂ, ਤੂੰ ਐਵੇਂ ਤੱਤੀ ਹੋਈ ਫਿਰਦੀ ਆ। ਚੱਲ ਤੁਸੀਂ ਕਰ ਲਓ 5 ਮਿੰਟ ਗੱਲ। ਚੱਲ ਧੰਨਵਾਦ ਯਾਰ, ਕੱਲ੍ਹ ਜਿਹੜਾ ਕੁਛ ਹੋਇਆ ਉਹ 'ਚ ਮੇਰੀ ਕੋਈ ਗਲਤੀ ਨਹੀਂ ਸੀਗੀ। ਮੈਨੂੰ ਮੇਰੇ ਤਾਏ ਦੇ ਮੁੰਡੇ ਨੇ ਤੁਹਾਡੇ ਖਿਲਾਫ਼ ਭੜਕਾਤਾ ਸੀਗਾ, ਉਹਦਾ ਕਰਕੇ ਮੈਥੋਂ ਆਹ ਕੁਛ ਹੋ ਗਿਆ। ਮੈਨੂੰ ਵੀ ਲੱਗਿਆ ਸੀ ਇਹਦੇ ਵਿੱਚ ਕੋਈ ਤੁਹਾਡੀ ਗਲਤੀ ਨਹੀਂ ਗੀ, ਇਹਦੇ ਵਿੱਚ ਕੋਈ ਵੱਡਾ ਹੀ ਕਾਰਨ ਹੋਣਾ। ਅਤੇ ਨਾਲੇ ਜਿੱਦਾਂ ਮੈਨੂੰ ਤਾਂ ਐਂ ਸੀਗਾ ਜਿਹੜਾ ਮੇਰਾ ਤਾਏ ਦੇ ਮੁੰਡੇ ਨੇ ਤੁਹਾਡੇ ਖਿਲਾਫ਼ ਭੜਕਾਤਾ ਕਰਕੇ ਅਸੀਂ ਹੋਰ ਕੁੜੀ ਭਾਲਣ ਗਏ ਸੀਗੇ, ਚੱਲ ਹੋਰ ਮਿਲ ਜੂਗੀ। ਪਰ ਜਿਸ ਦਿਨ ਤੁਹਾਨੂੰ ਅੱਡੇ 'ਚ ਦੇਖਿਆ ਤਾਂ ਮੈਨੂੰ ਦਿਲ ਜੀ ਨੂੰ ਐਂ ਲੱਗਿਆ ਮੇਰੇ ਲਈ ਆਹੀ ਕੁੜੀ ਸਹੀ ਆ, ਅਤੇ ਇਸ ਕਰਕੇ ਉਦੋਂ ਮੁੜ ਕੇ ਹੀ ਤੁਹਾਡੇ ਨਾਲ ਮੈਨੂੰ ਐਂ ਪਿਆਰ ਹੋ ਗਿਆ। ਹੁਣ ਤਾਂ ਕੁਛ ਨਹੀਂ ਹੋ ਸਕਦਾ ਵਾ, ਪਿਆਰ ਤਾਂ ਮੈਨੂੰ ਵੀ ਸੀ ਤੁਹਾਡੇ ਨਾਲ ਉਸ ਦਿਨ, ਅਤੇ ਪਰ ਹੁਣ ਕੁਛ ਨਹੀਂ ਹੋ ਸਕਦਾ। ਹੁਣ ਤਾਂ ਤੁਹਾਨੂੰ ਮੇਰੇ ਤੋਂ ਵੀ ਜ਼ਿਆਦਾ ਹੀ ਵਧੀਆ ਮਿਲ ਜੂਗਾ। ਸਭ ਕੁਛ ਚਲਦਾ, ਹੁਣ ਕੀ ਕਰਨਾ ਮੈਨੂੰ ਦੱਸ, ਤੂੰ ਟੈਨਸ਼ਨ ਕਿਉਂ ਲਈ ਬੈਠਾ? ਗੱਲ ਲੱਗੀ ਆ, ਗੱਲ ਨੂੰ ਸਾਰੇ ਨਾਲ ਹੀ ਗਏ ਸੀ ਤੁਸੀਂ ਵੀ ਮੇਰੇ, ਤੁਹਾਨੂੰ ਕਿਹੜਾ ਪਤਾ ਨੀ ਗਾ ਸਾਰੇ ਮੇਰਾ ਭਰਾ, ਮੈਂ ਤਾਂ ਉੱਥੇ ਇੰਨਾ ਵਿਸ਼ਵਾਸ ਕੀਤਾ ਆਪਾਂ ਭੰਨਣਾ ਇਹਨੂੰ ਹੁਣ, ਉਹਨੂੰ ਮੈਂ ਇੰਨਾ ਆਪਦੇ ਭਰਾ 'ਤੇ ਵਿਸ਼ਵਾਸ ਕੀਤਾ ਵੀ ਉਹਦੇ ਆਖੇ ਲਾ ਕੇ ਆਪਾਂ ਕੁੜੀ ਨੂੰ ਜਵਾਬ ਦੇਣ ਨੂੰ ਤਿਆਰ ਹੋ ਗਏ ਸੀਗੇ। ਗੰਦੀ ਦਾਰੂ, ਮੈਨੂੰ ਜਦੋਂ ਉਹਨੇ ਆਖਿਆ ਕੁੜੀ ਲੰਗੜੀ ਆ, ਲੂਚੀ ਆ, ਕਾਲੀ ਆ, ਪੀਲੀ ਆ, ਮੈਂ ਕਿਹਾ ਚੱਲ ਜਵਾਬ ਦੇ ਦਈਏ, ਪਰ ਆਪਾਂ ਨੂੰ ਕੀ ਪਤਾ ਸੀ ਉਹਦੇ ਕਰਕੇ ਆਪਾਂ ਪਾਗਲ ਬਣੇ ਸੀਗੇ। ਹੁਣ ਸਾਡਾ ਪਤਾ ਲੱਗਿਆ ਵੀ ਉਹੀ ਕੱਲ੍ਹ ਨੂੰ ਬਈ ਵਿਆਹੁਣ ਜਾਊਗਾ ਯਾਰ, ਮੈਥੋਂ ਤਾਂ ਬਈ ਦਰਦ ਝੱਲੇ ਨਹੀਂ ਜਾਂਦਾ, ਬੜਾ ਸੌਖਾ ਕਹੇਗੀ ਤੈਥੋਂ ਵਧੀਆ ਮਿਲਜੂ, ਲੋੜ ਵਧੀਆ ਦੀ ਨੀ, ਲੋੜ ਉਸੇ ਦੀ ਸੀਗੀ। ਤੇਰਾ ਦਿਲ ਹੈ ਨੀ ਸਿੰਧਿਆ, ਤੇਰਾ ਦਿਲ ਹੈ ਨੀ, ਮਸਲਾ ਹੱਲ ਕਰ ਦਾਂਗੇ, ਕਰ ਦੇ, ਹੋ ਗਿਆ ਹੋ ਗਿਆ ਨਾ, ਹੋ ਗਿਆ ਸਿੰਧਿਆ, ਤੂੰ ਤਿਆਰੀ ਕਰ ਬਈ ਛੇਰੇ ਬੰਨਣ ਦੀ, ਤੇਰਾ ਕੰਮ ਜਦੋਂ ਤੇਰਾ ਬਾਈ ਬੈਠਾ ਤੈਨੂੰ ਸਿੰਧਿਆ ਕਾਹਦੀਆਂ ਫਿਕਰਾਂ, ਤੂੰ ਪੈਗਲਾ ਯਾਰ, ਤੇਰਾ ਕੰਮ ਹੋ ਗਿਆ, ਹੋ ਗਿਆ ਤੇਰਾ, ਤੁਹਾਡਾ ਤੂੰ ਮਤਲਬ ਤੂੰ ਕੀ ਲੈਣਾ ਗਾ, ਤੂੰ ਕੁੜੀ ਨਾਲ ਵਿਆਹ ਕਰਾਉਣਾ, ਕਰਾਉਣਾ ਤੇਰਾ ਵਿਆਹ ਹੋ ਗਿਆ, ਹੋ ਗਿਆ, ਕਰੀਏ ਜੋ ਮਰਜ਼ੀ ਕਰੀਏ, ਹੋ ਗਿਆ ਹੋ ਗਿਆ, ਡੈਗਣਾ ਹੋ ਗਿਆ, ਉਹ ਹੋ ਗਿਆ, ਨਹੀਂ ਹੋਇਆ, ਓਏ ਨਹੀਂ ਹੋਇਆ, ਮੇਰੀ ਗੱਲ ਸੁਣ, ਅਸੀਂ ਜਾਣੇ ਆ ਕੰਮ ਜਾਈਏ ਥੋੜਾ ਜਿਹਾ, ਠੀਕ ਆ, ਉਹ ਹੋ ਗਿਆ, ਤੂੰ ਇੱਥੇ ਬੈਠ, ਕੰਮ ਤੇਰਾ ਅਸੀਂ ਕਰ ਦਾਂਗੇ ਬਸ, ਲੈ ਆ ਮਲਿਆ ਅੱਜ, ਲੈ ਚੱਲ ਲੈ ਮਲਿਆ, ਕੰਮ ਜਾਈਏ, ਇਹ ਨਹੀਂ ਲਾਉਂਦਾ ਮਲਿਆ, ਇਹ ਪੈਗ ਹੀ ਲਾਉਂਦਾ, ਲੈ ਇਹ ਸਾਡੀ ਭਾਬੀ ਦੇ ਨਾਲ ਸਿਰੇ ਲੈਣ ਗਿਆ ਸੀ ਤੇ ਸੁਣਾ ਹੀ ਸਿਰੇ ਚੱਕ ਲਿਆਂਦਾ, ਓਏ ਫੇਰ ਵੀ ਤਾਏ ਦਾ ਮੁੰਡਾ, ਓਏ ਮੇਰੇ ਜਾਣ ਦੇ, ਓਏ ਹੋ ਕੇ ਆਈ ਵਿਆਹ ਕਰਾਉਣਾ ਤਿਆਰੀ, ਹੋ ਰਿਹਾ ਆ ਚੱਕ ਸਿਰੇ, ਅੱਜ ਮੇਰੇ ਯਾਰ ਬਾੜੀ ਅੜ ਗਿਆ, ਤੂੰ ਵੀ ਮੇਰੇ ਨਾਲ ਹੋ ਕੀਤੀ ਸੀਗੀ, ਕੋਈ ਮੇਰੇ ਯਾਰ ਕੀ ਛਾਰ ਜੋ ਯਾਰ, ਮੈਂ ਆਗੜਾ ਪਾਵਾਂਗੇ, ਮੈਂ ਅੱਜ ਮੇਰੇ ਯਾਰ ਕੀ ਸ਼ਾਦੀ ਹੈ, ਸਾਰੇ ਮੇਰੇ ਦੇ ਕੋਲ ਮੈਂ ਜਾਂਦਾ ਜਾਂਦਾ ਬਿਜਲੀ ਵਾਲੇ ਵੱਡੇ ਕੋਲੋਂ ਪੱਗ ਬਣਾ ਕੇ ਲਿਆਉਂਦਾ, ਸਿਰੇ ਲੱਗ ਜਾਊਂਗਾ ਅੱਜ ਮੇਰੇ ਯਾਰ ਗਾ ਜਾ ਗਾ ਲੈਣਾ, ਓਏ ਇਹਨੂੰ ਫੜ ਕੇ ਰੱਖੋ, ਇਹਨੂੰ ਰਾਖੀ ਰੱਖੋ, ਮੈਂ ਜਾਂਦਾ, ਓਏ ਬੰਨਦਾ ਸੀ ਇਹਨੂੰ ਰਾਖੀ ਰੱਖਿਆ ਕਿਤੇ ਭੱਜ ਜੇ ਫਿਰ, ਚੱਲ ਅੱਜ ਮੈਂ ਜਾਂਦਾ ਗਾ ਕੰਜਰ ਬਣ ਗਈ ਫੋਟਵਾ ਫੋਟਵਾ।
ਮੇਰਾ ਸਾਲੇ ਦਾ ਮੇਰੇ ਯਾਰ ਦੀ ਘਰ ਵਾਲੀ ਦਾ ਵਿਆਹ ਕਰਾਉਂਗਾ ਤੇ ਸੰਡੇ ਦੇ ਮਾਰੇ ਮੁੱਕੀ ਪੈਗ ਤੇ ਲਾਣਾ ਪੈਗ ਲਾ ਪੈਗ ਲਾ ਥੱਲੇ ਡੁੱਲ ਗਈ ਨਹੀਂ ਅੱਜ ਮੇਰੇ ਯਾਰ ਕੀ ਚੱਕ ਮੈਂ ਕੱਲਾ ਤੇ ਤੁਸੀਂ ਮੈਨੂੰ ਫੇਰ ਵੀ ਬੰਨੀ ਬੈਠੇ ਆ ਪੈਗ ਦਾ ਮਜ਼ਾ ਅਮਲੀਆਂ ਨੂੰ ਅੱਜ ਵਾਹੀ ਦੋ ਤੂੰ ਮੇਰੇ ਨਾਲ ਘੋਲਾ ਤੂੰ ਤੂੰ ਘੁਲੇਗਾ ਤੂੰ ਘੋਲ ਮੇਰੇ ਨਾਲ ਤੂੰ ਤੂੰ ਇੱਥੇ ਆ ਤੂੰ ਨਾਲ ਵੇਖਣਾ ਮੇਰੇ ਨਾਲ ਤੂੰ ਇੱਥੇ ਆ ਮੈਂ ਖੜਾ ਮੈਨੂੰ ਨਾ ਬੁਲਾ ਚੱਲ ਮੈਂ ਚੱਲ ਚੱਲ ਇੱਕ ਮਿੰਟ ਮੈਂ ਬਹਿ ਕੇ ਇੱਕ ਮਿੰਟ ਡਰ ਕੇ ਭੱਜ ਗਿਆ ਆਪਣੇ ਦੁਆਰਾ ਡਰ ਗਿਆ ਮੈਂ ਪਹਿਲਾਂ ਹੀ ਕਿਹਾ ਦੁਕਾਨਦਾਰ ਕੁਛ ਨੀ ਕਿਹਾ ਮੈਂ ਬੰਨੀ ਬੈਠੇ ਆ ਰੱਜੇ ਪੁੱਜੇ ਘਰੋਂ ਬੁੱਢਾ ਤੇਰੀ ਸੱਸ ਦਾ ਚਾਹੀਦਾ ਨੀ ਮੈਨੂੰ ਕੋਈ ਦਾਜ ਵਾਜ ਨੀ ਨਾ ਹੀ ਮੈਨੂੰ ਚਾਹੀਦਾ ਕੋਈ ਚੱਕ ਲੱਖ ਦਾ ਮੇਰੇ ਲਈ ਤਾਂ ਤੂੰ ਹੀ ਅਨਮੋਲ ਕਹਿਣਾ ਆ ਸੱਤ ਬੰਦੇ ਹੋਣਗੇ ਬਰਾਤ ਵਿੱਚ ਵੀ ਪੌਣੇ ਗਿੱਠ ਦੀ ਚੱਕ ਕੇ ਤੂੰ ਧੌਣ ਲੰਘਦੀ ਪਿੰਡਾਂ ਵਾਲੇ ਪੁੱਛਦੇ ਆ ਕੌਣ ਲੰਘਦੀ ਚਾਕਾ ਦੇ ਜਾ ਬਹੁਤਾ ਨਹੀਂ ਤੇ ਥੋੜਾ ਥੋੜਾ ਹਾਏ ਜੱਟ ਨੂੰ ਲੁੱਟ ਕੇ ਲੈ ਗਿਆ ਨੈਣਾ ਦਾ ਜੋੜਾ ਸੁੱਕੇ ਫੁੱਲਾਂ ਦੀਆਂ ਪੱਤੀਆਂ ਨੇ ਤੇਰੀਆਂ ਬੁੱਲੀਆਂ ਤੇ ਹੁਣ ਭੁਲੇਖਾ ਰਾਤ ਦਾ ਹੈ ਸੁਰਫਾਂ ਖੁੱਲੀਆਂ ਹੁਣ ਤਾਂ ਪੁੱਤ ਵਿਆਹ ਇਹ ਕੰਜਰ ਨਾਲ ਹੋ ਗਿਆ ਪਾਸੇ ਹਟ ਪੁੜਿਆ ਇੱਕ ਤਾਂ ਇੰਨੀ ਸੋਹਣੀ ਕੁੜੀ ਤਾਂ ਉੱਤੋਂ 4 ਕਿੱਲੇ ਨੂੰ ਜ਼ਮੀਨ ਆਉਂਦੀ ਆ ਜੇ ਮੇਰੀ ਨਾ ਹੋ ਸਕੀ ਤਾਂ ਹੁਣ ਮੈਂ ਇਹਦੀ ਵੀ ਨਹੀਂ ਦੇਣੀ ਸ਼ੁਕਰ ਆ ਸਾਡੀ ਕੁੜੀ ਨੂੰ ਪਤਾ ਲੱਗ ਗਿਆ
ਵੀ ਤੂੰ ਸਾਡੀ ਕੁੜੀ ਦੇ ਰਹੀ ਇਹਦੀ ਜ਼ਮੀਨ ਤੇ ਮਰਦਾ ਆ। ਇਹ ਕੀ ਕਰਦੇ ਹੋ? ਇਹ ਤਾਂ ਪਾਗਲ ਆ। ਇਹੋ ਜਿਹੇ ਪਾਗਲ ਨਾਲ ਤਾਂ ਭਾਲੇ ਵੀ ਨਹੀਂ ਸਿਆਉਂਦੇ ਜਿਹੜੇ ਨੇ ਮੇਰੀ ਕੁੜੀ ਦੀ ਜਾਨ ਦੀ ਬਚਾਉਣ ਦੀ ਖਾਤਰ ਆਪਦੀ ਜਾਨ ਖਤਰੇ ਦੇ ਵਿੱਚ ਪਾ ਦਿੱਤੀ ਆ। ਸਾਡੀ ਕੁੜੀ ਤੇ ਨਹੀਂ, ਸਾਡੀ ਪੈਲੀ ਤੇ ਮਰਦਾ। ਜੇ ਬਾਈ ਤੂੰ ਇਹ ਪੈਲੀ ਦੀ ਬਾਤ ਹੀ ਕਰ ਰਿਹਾ ਸੀ ਨਾ, ਤੂੰ ਕੁੜੀ ਦੀ ਪੈਲੀ ਛੱਡ, ਤੂੰ ਮੇਰੀ ਪੈਲੀ ਵੀ ਰੱਖ ਲਈ। ਜੇ ਤੂੰ ਮਰਨ ਤੋਂ ਬਾਅਦ ਹਿੱਕ ਤੇ ਧਰ ਕੇ ਲੈ ਜਾਏਗਾ। ਬਾਈ ਮੈਨੂੰ ਮਾਫ਼ ਕਰ ਦੇ ਇਹ ਸਭ ਕੁਛ, ਮੈਂ ਧਨ ਦੌਲਤ ਤੇ ਜ਼ਮੀਨ ਦੀ ਖਾਤਰ ਲਾਲਚ ਦੇ ਵਿੱਚ ਆ ਕੇ ਕੀਤਾ ਸੀ। ਉਹ ਬਾਈ ਪੈਰਾਂ 'ਚ ਨਾ ਡਿੱਗ, ਭਰਾ ਦੀ ਜਗ੍ਹਾ ਦਿਲ 'ਚ ਹੁੰਦੀ ਆ, ਪਰ ਤੈਨੂੰ ਸ਼ਰਮ ਤਾਂ ਮਹਿਸੂਸ ਹੋ ਰਹੀ ਹੈ ਨਾ, ਤੇਰੇ ਕੀਤੇ ਦੇ ਤੈਨੂੰ ਪਛਤਾਵਾ ਤਾਂ ਹੈ ਨਾ। ਪਰ ਬਾਈ ਮੈਂ ਨਾ ਸਭ ਲਾਲਚ ਦੇ ਵਿੱਚ ਆ ਕੇ ਆ ਰਿਸ਼ਤੇ ਨਾਤੇ ਸਭ ਕੁਛ ਭੁੱਲ ਗਿਆ ਸੀਗਾ। ਚੱਲ ਕੋਈ ਨਾ ਬਾਈ, ਤੈਨੂੰ ਦੇਰ ਬਾਅਦ ਹੀ ਸਹੀ, ਅਕਲ ਆਈ ਤਾਂ ਸਹੀ। ਬਾਈ ਤੂੰ ਸੂਈ ਵੀ ਨਹੀਂ ਤਾਂ ਲਿਆ ਸਕਦਾ, ਪੈਲੀਆਂ ਨੂੰ ਰੋਂਦਾ ਫਿਰਦਾਗਾ। ਮੈਂ ਤੁਹਾਡੇ ਤੋਂ ਸਾਰਾ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ ਕਿ ਹੇ ਪ੍ਰਮਾਤਮਾ, ਤੂੰ ਮੈਥੋਂ ਐਡਾ ਵੱਡਾ